मतलब टोटल 5-6 ब्लॉग आउणगे कच्छे दे उत्ते। ਤੇ ਪਲੀਜ਼ ਯਾਰ ਸਪੋਰਟ ਕਰਿਓ, ਪਿਆਰ ਦਿਓ, ਕਿਉਂਕਿ ਅਸੀਂ ਤੁਹਾਡੇ ਲਈ ਇੰਨਾ ਵਧੀਆ ਵਧੀਆ ਕੰਟੈਂਟ ਲੈ ਕੇ ਆਉਂਦੇ ਹਾਂ। ਕਿੰਨੀ ਮਿਹਨਤ ਕਰਦੇ, ਕਿੰਨੀ ਸਟਰਗਲ ਆ ਦੇਖੋ ਗਾਈਸ। ਹਣਾ ਅਸੀਂ ਦੁਕਾਨ ਤੇ ਜਾਣਾ, ਕੱਚਾ ਲੈਣਾ, ਕੱਚਾ ਨੰਬਰ ਤੁਹਾਨੂੰ ਦੱਸਣਾ, ਫਿਰ ਉਹਦਾ ਰੇਟ, ਸਭ ਤੋਂ ਵੱਡੀ ਗੱਲ ਬਾਰਗਨਿੰਗ ਕਰਕੇ ਉਹਦਾ ਰੇਟ ਤੁਹਾਨੂੰ ਦੱਸਣਾ ਗਾਈ। ਕਿੰਨਾ ਕੱਚੇ ਦਾ 5 ਬਲਾ ਹੋ ਗਏ, ਫਿਰ ਕੱਚਾ ਸਾੜੀਆਂ ਨੂੰ ਦਿਖਾਉਣਾ, ਫਿਰ ਉਹ ਅੱਗੇ ਦਿਖਾਉਣ ਜਾਣਾ, ਕੱਚਾ ਕੱਚਾ ਤਾਈ ਨੂੰ ਦਿਖਾਉਣਾ। ਠੀਕ ਆ, ਆਹ ਕੱਚਾ ਲਿਆ ਸੀ, ਤੁਸੀਂ ਵੀ ਇਹ ਕੱਚਾ ਲਓ। ਸਭ ਤੋਂ ਛੋਟੀ ਸਾੜੀ ਆ ਜਿਹੜੀ, ਉਹਨੂੰ ਦਿਖਾਉਣ, ਉਹਨੂੰ ਖਾਸ ਕਰਕੇ ਦਿਖਾਉਣਾ, ਉਹਦੇ ਤੇ ਜ਼ੂਮ ਕਰਕੇ ਦਿਖਾਉਣਾ ਉਹਨੂੰ ਕਿ ਆ ਵੀ ਆ ਕੱਚਾ ਦੇਖ, ਇਹ ਚ ਕੋਈ ਮੋਰੀ ਨਹੀਂ, ਜਾਂ ਕੱਚਾ ਤੈਨੂੰ ਕਿਵੇਂ ਲੱਗਾ, ਸੈੱਟ ਲੱਗਿਆ ਕਿਵੇਂ ਲੱਗਿਆ। ਆਓ ਦਿਲ ਦਾ ਨਹੀਂ ਮਾੜਾ ਮੇਰਾ ਸਿੱਧੂ ਮੂਸੇ ਵਾਲਾ। ਸੋ ਬਾਕੀ ਬਾਹਲੀਆਂ ਗੱਲਾਂ ਨਹੀਂ ਕਰਦੇ, ਥੰਬਨੇਲ ਤੋਂ ਤੁਸੀਂ ਦੇਖ ਹੀ ਲਿਆਉਣਾ। ਫੇਰ ਗੱਲ ਉੱਥੇ ਆ ਜਾਂਦੀ ਹੈ, ਘੁੰਮ ਘਮਾ ਕੇ ਮੇਨ ਬੰਦਾ ਕੌਣ ਆ। ਮੁਝੇ ਕ੍ਰੈਡਿਟ ਨਹੀਂ ਚਾਹੀਏ, ਮੇਨ ਚੀਜ਼ ਕੌਣ ਆ, ਕਿਹਨੇ ਚਲਾਤੀ ਇਹ ਰੀਤ, ਦੁਬਾਰਾ ਇਹ ਸਿਸਟਮ ਕਿਹਨੇ ਚਲਾਤਾ। ਮੁਝੇ ਕ੍ਰੈਡਿਟ ਨਹੀਂ ਚਾਹੀਏ, ਇੰਦਰ ਐਂਡ ਕੀਰਤ ਨੇ ਬਿਲਕੁਲ, ਗੱਡੀਆਂ ਜੇ ਗੱਡੀਆਂ ਵੋ। ਯਾਰ ਤੁਸੀਂ ਇਹਨਾਂ ਚੋਂ ਕਿਸੇ ਵੀ ਬਲੌਗਰ ਨੇ ਜਿਨ੍ਹਾਂ ਨੇ ਗੱਡੀਆਂ ਲਈਆਂ, ਕਿਸੇ ਨੇ ਤੁਹਾਡਾ ਸਬਸਕ੍ਰਾਈਬਰਾਂ ਦਾ ਕਿਹਾ ਕਿ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ, ਅਸੀਂ ਇੰਨੇ ਜੋਗੇ ਹੋ ਗਏ ਕਿ ਸਾਨੂੰ ਤੁਸੀਂ ਇਹ ਚੀਜ਼ ਲੈਣ ਦੇ ਹੱਕਦਾਰ ਬਣਾਇਆ, ਜਾਂ ਇੰਨੇ ਕਾਬਲ ਬਣਾਇਆ। ਉਹ ਤਾਂ ਚੌੜ ਕਰਦੇ ਨੇ ਬੁੱਧੀ ਦੇ, ਲੈ ਲੋਕਾਂ ਨੂੰ ਕੀ ਲੱਗਦਾ ਜੀ ਪਹਿਲਾਂ ਇੰਨੇ ਜੋਗੇ। ਹਾਂ ਉਹੀ ਗੱਲ, ਉਦੋਂ ਭੈਣ ਚੋ ਟਿੱਡਾ ਆ ਗੀਟੀ, ਛੱਡ ਦੋ ਫਿਰ ਕਰਨਾ ਬਲੌਗ, ਹਨਾ ਉਹਨੂੰ ਕਦੇ ਬਲੌਗਿੰਗ ਛੱਡ ਕੇ ਲੈ ਕੇ ਦਿਖਾ ਦੇ ਅਲਮਾਰੀ ਚ 10 ਸ਼ਰਟਾਂ ਪਵਾ ਕੇ ਦਿਖਾ ਦੇ ਇੱਕ ਮਹੀਨੇ ਦੇ ਵਿੱਚ। ਸਾਰਾ ਤੇਰਾ ਹਾਲ ਬਾਬਾ ਹੀ ਆ, ਸੇਮ ਤੂੰ ਮਿਸਟਰ ਬਾਬਾ ਹੀ ਆ, ਕੰਮ ਕਾਰ ਛੱਡ ਕੇ ਯੂਟਿਊਬ ਦੁਆਲੇ ਬਸ। ਉਹ ਛੋਟਾ ਨਹੀਂ ਇਹ, ਉਹ ਛੋਟਾ ਬਾਬਾ, ਇਹ ਵੱਡਾ ਬਾਬਾ, ਭੈਣ ਜੋ ਦੋਨੇ ਤੁਸੀਂ ਜੋੜੇ ਹੋ, ਉਹ ਤਾਂ ਇਹਨੂੰ ਕਰਦੇ ਹੀ ਕਾਪੀ ਆ। ਮਗਰ ਕਿਉਂ ਮੈਨੇ ਤੇਰਾ ਕਿਆ ਵਿਗਾੜਾ ਥਾ। ਬਾਬਾ ਹੁਣ ਉਹਨੇ ਗੱਡੀ ਵੇਚੀ, ਗੱਡੀ ਲੈ ਲਈ, ਉਹ ਤੋਂ ਬਾਅਦ ਬਾਬੇ ਨੇ ਉਹ ਤੋਂ ਬਾਅਦ ਤੀਜਾ ਸੰਦ ਦੀਪ ਮੁੱਠ ਮਾਰ। ਆਹ ਪਹਿਲਾਂ ਥੰਬਨੇਲ ਚੈੱਕ ਕਰਿਓ ਜਿਹੜੀ ਮੈਂ ਗੱਲ ਕੀਤੀ ਵੀ ਕਿਉਂ ਹਨਾ ਸੱਚੇ ਦਿਲੋਂ, ਕਿਉਂ ਜੇ ਯੂਟਿਊਬ ਨਾ ਹੁੰਦੇ ਕਿੱਥੇ ਹੋਣਾ। ਪਹਿਲਾ ਜਿਹੜਾ ਵਲੌਗ ਪਾਇਆ ਹੋਇਆ, ਹੋ ਗਈ ਕਿਰਪਾ, ਫੋਰਚੂਨਰ ਗੱਡੀ ਲੈ ਲਈ। ਦੂਜਾ ਪਾਇਆ ਨਿਊ ਕਾਰ, ਬੇਬੇ ਬਾਪੂ ਦਾ ਰਿਐਕਸ਼ਨ, ਫਿਰ ਉਸ ਤੋਂ ਬਾਅਦ ਗੱਡੀ ਦੀ ਖੁਸ਼ੀ ਵਿੱਚ ਪਾਰਟੀ, ਫਿਰ ਸਾਲਾ ਸਾਹਿਬ ਬਰਥਡੇ, ਸੰਦੀਪ ਨੂੰ ਗੱਡੀ ਦਾ ਦਿੱਤਾ ਸਰਪ੍ਰਾਈਜ਼, ਕਿਵੇਂ ਲੱਗੀ ਗੱਡੀ, ਬਹੁਤ ਘੈਂਟ, ਸੰਦੀਪ ਕਹਿੰਦੀ ਜੀਜਾ ਜੀ ਨੇ ਚਲਾ ਕੇ ਦੇਖੀ ਗੱਡੀ, ਦੀਦੀ ਕਰੋ ਮੂੰਹ ਮਿੱਠਾ, ਨਿਊ ਕਾਰ ਤੇ ਕਿਰਨ ਦਾ ਰਿਐਕਸ਼ਨ, ਤੇ ਭੈਣ ਜਿੱਦਾਂ ਤੂੰ ਤਾਂ ਵਲੌਗਰ ਆ, ਤੂੰ ਰਿਐਕਸ਼ਨ ਕਦੋਂ ਦੇਣ ਲੱਗ ਪਿਆ। ਬੁੱਧੀ ਦਾ ਇੱਕੋ ਗੱਡੀ ਇੱਕੋ ਦਿਨ ਸਾਰਾ ਦਿਖਾ ਰਿਹਾ ਬੁੱਧੀ। ਠੀਕ ਆ, ਫਿਰ ਸਭ ਤੋਂ ਮੇਨ ਇੰਪੋਰਟੈਂਟ, ਮੈਂ ਤਾਂ ਅੱਜ ਦੇਖਿਆ ਸਾਲ ਹੋ ਗਿਆ ਵਲੌਗ ਪਿਆ ਹੀ ਆ, ਚੈਨਲ ਤੋਂ ਡਿਲੀਟ ਨਹੀਂ ਕੀਤਾ, ਵਿਆਹ ਵੀ ਹੋ ਗਿਆ, ਜਵਾਕ ਵੀ ਹੋ ਗਿਆ। ਹਾਂ ਦੀਪ ਅਤੇ ਹਰਜੋਤ ਦੇ ਦੀ ਕਿਵੇਂ ਕਿਵਾਂ ਹੋ ਗਿਆ ਬਰਕਪ ਹੋਸਪਿਟਲ, ਬਸ ਹੋਸਪਿਟਲ, ਦੀਪ ਐਂਡ ਹਰਜੋਤ ਦੀ ਕਿਵਾਂ ਹੋ ਗਿਆ ਬਰਕਪ ਹੋਸਪਿਟਲ, ਉਹ ਟੈਟੂ ਵੀ ਲਾਏ ਹੋਏ ਆ, ਥੋੜੀ ਮਰਿਆਦਾ ਰੱਖੀਏ। ਭੈਣ ਚੋਦ ਏਡੇ ਸੰਦ ਨੇ, ਥੱਲੇ ਕੈਪਸ਼ਨ ਵੀ ਲਿਖਿਆ ਹੋਇਆ ਉਹ ਵੀ ਟੀਮ ਮਠਾੜੂ, ਨਾਲ ਪਾਇਆ ਬਟਾਲਾ ਕਿੰਨੀਆਂ ਰਿਸ਼ਤੇਦਾਰੀਆਂ ਨੇ ਭੈਣ ਚੋਦ, ਤੂੰ ਆ ਕੀ ਚੀਜ਼ਾਂ ਰੱਖੀ ਫਿਰਦਾ। ਇਹ ਚੀਜ਼ਾਂ ਦਾ ਇੱਕ ਚੀਜ਼ ਸਾਬਤ ਹੁੰਦੀ ਆ, ਇਸ ਵੇਲੇ ਜਿਹੜੇ ਬਲੌਗਰ ਨੇ ਨਾ, ਇਹ ਆਪਦੀ ਘਰ ਵਾਲੀਆਂ ਦੇ ਲੱਤ ਉੱਪਰ ਰੱਖ ਦੇਣਾ ਕਿ ਮੇਰੇ ਕਰਕੇ ਤੇਰਾ ਸ਼ੌਂਕ ਹੋਇਆ, ਉਹਦਾ ਪਤਾ ਹੀ ਆ ਭੈਣ ਚੋਦ। ਚਲੋ ਬਾਹਲੀਆਂ ਗੱਲਾਂ ਨਹੀਂ ਕਰਦੇ, ਆਜੋ ਆਈਟਮਾਂ ਦਿਖਾਉਂਦੇ ਆ, ਪਾੜਦੇ ਆ ਵੀ ਅੱਜ, ਅੱਜ ਆਪਾਂ ਦੇਖਾਂਗੇ। ਵਾਈਫ ਕਾਲੀ ਆ, ਤੇਰੀ ਵਾਈਫ ਮੋਟੀ ਆ, ਉਹ ਯਾਰ ਕੋਈ ਗੱਲ ਨਹੀਂ ਯਾਰ, ਮੋਟੀ ਕਾਲੀ ਰੰਗ ਤਾਂ ਦੋ ਹੀ ਹੈ ਨਾ, ਕਾਲਾ ਤੇ ਗੋਰਾ। ਕਹਿੰਦਾ ਅੱਜ ਅਸੀਂ ਚਲੋ, ਕਹਿੰਦਾ ਅੱਜ ਆਪਾਂ ਦੇਖਾਂਗੇ, ਮੇਰੀ ਵਾਈਫ ਮੋਟੀ ਆ, ਮੇਰੀ ਵਾਈਫ ਕਾਲੀ ਆ। ਭੈਣ ਚੋ ਉਹ ਨਾਲ ਬੈਠੀ ਸੁਣੀ ਜਾਂਦੀ ਆ, ਉਹਦੇ ਮਾਰੇ ਧੱਫਾ ਤੇ ਉੱਡ ਕੇ ਵੱਜੇ ਕੰਧ ਚ, ਮਤਲਬ ਚੰਡ ਮਾਰੇ ਵੱਜੇ ਕੰਧ ਚ, ਡਾਗੇ ਨੂੰ ਇਹਦੇ ਜਦ ਥੱਪੜ ਦਾ ਕੀ ਮਾਰਨਾ, ਮਾੜੀ ਟੇਢੀ ਚੋ ਕਹਿੰਦੇ ਫੂਸੀ ਮਾਰਦੇ, ਦੋ ਵਾਰ ਕੰਧ ਚ ਵੱਜ ਕੇ ਵਾਪਸ ਮੁੜਦੇ, ਬਚਾਲੀ ਨੂੰ
ਉਹਦੀ ਜ਼ਿੰਦਗੀ ਨਹੀਂ ਕਿਸੇ ਨੇ ਕਿਹਾ ਹੋਣਾ ਜਿੰਨੀ ਉਹ ਭੋੜੀ ਦਾ ਮੂਰੇ ਬਿਠਾ ਕੇ ਤੂੰ ਕਹਿ। ਪਰ ਜੇ ਦੇਖਿਆ ਜਾਵੇ ਉਹਦੇ ਮੁਕਾਬਲੇ ਲੱਖ ਦਰਜੇ ਸੋਹਣੀ ਆ, ਸੋਹਣੀ ਆ ਬਾਈ, ਲੱਖ ਦਰਜੇ ਸੋਹਣੀ ਆ ਕੁੜੀ ਸੰਦ ਦੇ ਮੁਕਾਬਲੇ, ਲੱਖ ਦਰਜੇ ਉਹ ਸੰਦ ਦੀ ਆ ਚੀਜ਼ਾਂ ਤੋਂ ਕਰੇ ਤੋਂ ਇਹ ਲੌੜੇ ਨੂੰ ਅਕਲ ਨਹੀਂ ਹੈਗੀ। ਸੋਈ ਮੋਈ ਤਿੱਖਾ ਵੈਣ ਤੋਂ ਸੂੜ ਇੱਥੇ ਸੋਹਣਿਆਂ ਦੇ ਨਾਲ ਵੀ ਮੈਂ ਯਾਰੀਆਂ ਲਾ ਲਾ ਕੇ ਵੇਖੀ। ਮੇਰੀ ਨਾ ਆਈਡੀ ਹਰਜੋਤ ਕੋਲ ਚੱਲਣ ਦੀ ਆ, ਵੇਖ ਮੇਰੀ ਮੰਮੀ ਕਲਪਨਾ, ਮੰਮੀ ਕਿੰਨੇ ਮਰਵਾਇਆ ਤੇਰਾ ਪੁੱਤ ਕਰਦੇ ਹਰਜੋਤ ਨੇ ਆ ਮੇਰੇ ਸਲਫਾ ਮੇਰੀ ਵਾਈਫ ਲਾਗੇ ਬੈਠੀ ਹੋਏ ਨੇ ਸੋਹਣਿਆਂ ਨਾਲ ਵੀ ਮੈਂ ਯਾਰੀਆਂ ਲਾ ਲਾ ਕੇ ਦੇਖੀਆਂ ਸੋਹਣਿਆਂ ਨਾਲ ਯਾਰੀਆਂ ਲਾ ਕੇ ਦੇਖ ਲੋ ਕੀ ਕੋਈ ਦੇਖਿਆ ਨੀ ਉਹ ਹੋਲੀ ਉਹ ਭਰਾਵਾ ਕਿਤੇ ਆਪਣੀ ਲੁੱਲੀ ਨਾ ਵੱਢ ਲਈ ਬੰਦੂਕ ਉੱਡ ਗਈ ਕੱਲੇ ਭਾਂਟੇ ਲੈ ਕੇ ਫਿਰੀ ਹੈਗਾ ਖੜ 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 ਉਹ ਵੀ ਭੈਣ ਜਦੋਂ ਤੱਕ ਖੜਕਾਉਣ ਦੀ ਕੰਮ ਆਉਣੇ ਉਹ ਰਬੜ ਚੜਾ ਲਈ ਉੱਤੋਂ ਤਾਂ ਲੈ ਜਾਣੀ ਪਰਤ ਕੀ ਯਾਰ ਬੰਦਾ ਯਾਰ ਕੱਡਾ ਬੇਇੱਜ਼ਤ ਕਰ ਰਿਹਾ ਸਾਲਾ ਨਿਊਜ਼ ਚੈਨਲ ਆਪਸ ਚ ਗੱਲ ਕਰਦਾ ਨਿਊਜ਼ ਚੈਨਲ ਟੱਟੂ ਦਾ ਨਿਊਜ਼ ਚੈਨਲ ਆ ਮਤਲਬ ਉਹ ਵੀ ਇੱਜ਼ਤ ਮਰਦੀ ਹੈ ਕਿ ਹਰ ਇੱਕ ਦੇ ਬੈੱਡ ਤੇ ਚੜ ਕੇ ਬਹਿ ਜਾਂਦੀ ਹੈ ਜਾ ਕੇ ਕਿ ਹਾਂਜੀ ਦੱਸੋ ਜੀ ਤੁਹਾਡਾ ਕੀ ਹਿਸਾਬ ਦਾ ਜੀ ਦੱਸੋ ਜੀ ਤੁਹਾਡਾ ਐ ਹੋਈ ਹੈ ਨਾ ਅਦੀਬ ਦੀ ਉਹਦੇ ਸਾਲੇ ਦੀ ਜਿਹੜਾ ਸ਼ਿਵਮ ਠਾਕੁਰ ਆ ਐਂਜਲ ਸ਼ਰਮਾ ਉਹਦੇ ਭਰਾ ਦੀ ਇੰਟਰਵਿਊ ਲੈਣੀ ਸੀਗੀ ਸੀ ਕੁੜੀ ਪਤਾ ਨਹੀਂ ਉੱਤੇ ਰੋਸਟ ਲੈ ਕੇ ਆਉਣਾ ਮੈਂ ਅਜੇ ਦੇਖੀ ਨਹੀਂ ਉਹ ਵੀਡੀਓ ਕਹਿੰਦੇ ਉਹ ਬੰਦੇ ਨੇ ਉੱਤੇ ਬੜੇ ਰੋਸਟ ਵੀਡੀਓ ਕਮੈਂਟ ਵੀ ਬੜੇ ਕਰਦੇ ਪਏ ਤੇ ਰੋਸਟ ਵੀ ਬੜੇ ਆਣਾ ਨਹੀਂ ਕੀਤਾ ਰੋਸਟ ਆਪਾਂ ਦਾ ਕਰਾਈ ਕਰੇਗਾ ਸਾਹ ਉਹ ਬੈਠੀ ਰੋਸਟ ਕਰੀ ਜਾਂਦੀ ਉਹਦਾ ਆਪਾਂ ਜੇ ਤਾਂ ਹੀ ਉਹਦਾ ਰੋਸਟ ਦੇਖਾਂਗੇ ਲੈ ਕੇ ਆਵਾਂਗੇ ਉੱਤੇ ਲਹਿਦਾ ਕਰਾਂਗੇ ਚੀਜ਼ ਬੜੀ ਕਰੀ ਆ ਲਹਿਦਾ ਚੀਜ਼ ਬਣਾਵਾਂਗੇ ਉੱਤੇ ਹੁਣ ਆ ਦੇਖ ਲਓ ਸੰਦਾਪ ਜੀ ਵਾਈਫ ਦੇ ਨਾਲ ਬੈਠਾ ਪਹਿਲੀ ਚੀਜ਼ ਯਾਰ ਇੰਟਰਵਿਊ ਲੈਣ ਕੋਈ ਆਇਆ ਤੁਸੀਂ ਭੈਣ ਚੋਂ ਆਪਣਾ ਡਰਾਇੰਗ ਰੂਮ ਦੇ ਵਿੱਚ ਇੰਟਰਵਿਊ ਦਿਓ ਬਾਹਰ ਦਿਓ ਪਬਲਿਕ ਪਲੇਸ 'ਚ ਬਹਿ ਕੇ ਕਿਤੇ ਪਾਰਕ ਵਗੈਰਾ 'ਚ ਇੰਟਰਵਿਊ ਹੁੰਦੀਆਂ ਨੇ ਕਿ ਬੈੱਡਾਂ ਦੇ ਉੱਤੇ ਚੜ੍ਹ ਕੇ ਉਹ ਬਹਿ ਜਾਂਦੀ ਹਰ ਇੱਕ ਦੇ ਬੈੱਡ ਤੇ ਟੋਕੜੀ ਮਾਰ ਕੇ ਲੈ ਵੀ ਦੇ ਮਾਈਕ ਮੂੰਹ 'ਚ ਉੱਤੋਂ ਸੰਦ ਜਿਹੜਾ ਇੰਟਰਵਿਊ ਦੀ ਨਾਲ ਕਾਲੀ ਆ ਮੋਟੀ ਆ ਫੇਰ ਕੀ ਆ ਫੇਰ ਕੀ ਆ ਜੇ ਮੋਟੀ ਆ ਕਾਲੀ ਆ ਫੇਰ ਕੀ ਆ ਜੇ ਕਾਲੀ ਆ ਮੋਟੀ ਭੈਣ ਚੋਦੇ ਫੁੱਟਾਂ ਦਿੱਤਾ ਕਰਕੇ ਤੇ ਇਹਦਾ ਥਲੇ ਦਾ ਨਾ ਸਿਸਟਮ ਇਹ ਆ ਇਹਦੇ ਲਈ ਇੱਕ ਕਮੈਂਟ ਵੀ ਕਹਿੰਦੇ ਵੀ ਇਹ ਨਾ ਸਕੂਲ ਦੇ ਟਾਈਮ ਬੜਾ ਸਕੂਟਰ ਸੀ ਇਹ ਹਾਂ ਇਹਨੇ ਬੜੇ ਮੁੰਡੇ ਖੁਸ਼ ਕੀਤੇ ਆ ਭਾਜੀ ਇਹ ਪਿੱਛੇ ਬਣਾ ਕੇ ਸਕੂਟਰ ਵਾਲੀ ਗੱਲ ਸੱਚ ਆ ਉਹ ਆਏ ਪ੍ਰੂਫ ਦੇਖਣ ਦਿਖਾ ਦਿੰਦੇ ਆ ਕਿਵੇਂ ਵਾਜਾ ਕੱਢਦਾ ਸਾਨੂੰ ਪੈਸੇ ਦੇ ਦੋ ਜੀ ਸਾਨੂੰ ਪੈਸੇ ਦੇ ਦੋ ਡੋਨੇਸ਼ਨ ਦੇ ਦੋ ਵਿਆਹ ਕਰਤਾ ਸੀ ਉਸ ਤੋਂ ਬਾਅਦ ਹੋਸਪਿਟਲ ਦੇ ਵਿੱਚ ਸਾਨੂੰ ਡੋਨੇਸ਼ਨ ਚਾਹੀਦਾ ਡੋਨੇਸ਼ਨ ਚਾਹੀਦੀ ਆ ਪੈਸੇ ਲੈ ਲੈ ਲੋਕਾਂ ਤੋਂ ਕਿੰਨੇ ਆਣਾ ਤੋਂ ਠੀਕ ਆ ਲੋਕਾਂ ਨੇ ਪਾਏ ਆਪਾਂ ਯਾਰ ਇਹ ਨੀ ਸੋਚਦੇ ਜਦੋਂ ਕੋਈ ਮੰਗਦਾ ਹੈਲਪ ਆਪਾਂ ਕਰ ਦਿੰਦੇ ਆ ਸਾਡੇ ਟੈਨਸ਼ਨ ਇਹ ਨੀ ਕਹਿਣ ਦੀ ਇਹ ਆ ਮੁੜ ਕੇ ਤੁਸੀਂ ਚੌੜ ਕਰਦੇ ਹੋ ਹੁਣ ਇਹਨੇ ਗੱਲ ਕਹੀ ਆ ਕਿ ਦੇਖਦੇ ਆ ਗੱਡੀਆਂ ਫਿਰ ਉੱਥੇ ਜਾ ਕੇ ਗੱਡੀ ਗੁੱਡੀ ਦੇਖਦੇ ਜਾ ਕੇ ਜਿਹੜੀ ਪਸੰਦ ਆ ਗਈ ਲੈ ਲਾਂਗੇ ਭੈਣ ਚੋਦਾ ਜੇ ਇੰਨੇ ਜੋਗਾ ਹੋ ਗਿਆ ਜਾਂ ਇੰਨੇ ਪੈਸੇ ਤੇਰੇ ਕੋਲ ਆ ਗਏ ਸੰਦਾ ਭੈਣ ਚੋਦਾ ਤੁੱਥ ਪਿੱਕਾ ਤੇ ਫਿਰ ਜਿਹੜੇ ਲੋਕਾਂ ਨੇ ਤੁਹਾਨੂੰ ਕਿਸੇ ਟਾਈਮ ਹੈਲਪ ਕੀਤੀ ਉਹਨਾਂ ਦੇ ਵਾਪਸ ਕਰ ਦੋ ਕੱਲ ਨੂੰ ਕਿਸੇ ਹੋਰ ਦੀ ਕਰ ਦੇਣ ਹੈਲਪ ਬਿਲਕੁਲ ਸਹੀ ਆ ਕਿ ਨਹੀਂ ਕਰ ਸਕਦੇ ਹੋ ਬਾਈ ਜਦ ਤੂੰ ਇੰਨੇ ਜੋਗਾ ਹੋ ਗਿਆ ਤੇ ਤੈਨੂੰ ਚੌੜ ਆ ਗਈ ਕਿ ਗੱਡੀ ਦੇਖਦੇ ਜਿਹੜੀ ਲੈਣੀ ਗੱਡੀ ਨਹੀਂ ਗੱਡੀ ਮਰਦਾ ਮਰਦਾ ਹੀ ਗੱਡੀ ਨਹੀਂ ਗੱਡੀਆਂ ਗੁੱਡੀਆਂ ਦੇਖ ਲੈਂਦੇ ਆ ਕਿ ਜਿਹੜੀ ਪਸੰਦ ਆਈ ਉਹ ਲੈ ਲਾਂਗੇ ਜੇ ਇੰਨੇ ਜੋਗਾ ਹੋ ਗਿਆ ਤੇਰੇ ਚ ਇੰਨਾ ਐਟੀਟਿਊਡ ਆ ਗਿਆ ਜਾਂ ਤੂੰ ਆਪਣੇ ਨੂੰ ਇੰਨੇ ਕਾਬਿਲ ਸਮਝਣਾ ਤਾਂ ਜਿਨ੍ਹਾਂ ਨੇ ਤੁਹਾਨੂੰ ਡੋਨੇਸ਼ਨ ਦਿੱਤੀ ਆ ਜਿਨ੍ਹਾਂ ਨੇ ਪੈਸੇ ਪਾਏ ਸੀ ਉਹਨਾਂ ਦੇ ਵਾਪਸ ਕਰੋ ਉਹ ਕਿਸੇ ਹੋਰ ਦੀ ਹੈਲਪ ਕਰ ਦੇਣ ਹਾਂ ਪੈਸੇ ਉਹ ਕਰ ਦੇਣਗੇ ਹੁਣ ਵੀ ਇੰਨੇ ਕਾਬਿਲ ਹੋਣਗੇ ਜਾਂ ਇੰਨੀ ਕਮਾਈ ਕਰਦੇ ਹੋਗਾ ਹੱਥੀ ਮਿਹਨਤ ਕਰਦੇ ਨੇ ਉਹ ਬੰਦੇ ਠੀਕ ਆ ਉਹਨਾਂ ਕੋਲੇ ਹੁਨਰ ਆ ਆਪਣਾ ਨਾਮ ਬਣਾਇਆ ਉਹ ਲੋਕਾਂ ਨੇ ਜਾਂ ਚਾਹੇ ਜਦ ਤੈਨੂੰ ਕਿਸੇ ਨੇ ਸਾਡੇ ਵਾਂਗੂ ਦਿਹਾੜੀ ਦੱਪਾ ਕਰਨ ਵਾਲੇ ਜਿਹੜੇ ਆਪਣਾ ਕੱਲੀਆਂ ਸ਼ਿਫਟਾਂ ਲਾ ਕੇ ਠੀਕ ਆ ਉਹਨਾਂ ਦੇ ਵਿੱਚੋਂ ਤੈਨੂੰ ਪਾਇਆ ਹੋਣਾ $50 $100 ਉਹ ਹੁਣ ਵੀ ਕਰ ਦੇਣਗੇ ਲੇਕਿਨ ਜੇ ਤੂੰ ਇੰਨੇ ਕਾਬਲ ਹੋ ਗਿਆ ਤਾਂ ਉਹਨਾਂ ਦੇ ਪੈਸੇ ਮੋੜ ਦੇ ਭੋਸੜੀ ਦੇ ਆ ਧੰਨਵਾਦ ਹੀ ਕਰ ਸਕਦਾ ਉਹਨਾਂ ਦਾ ਕਿਆ ਇੱਕ ਬਾਈ ਉਹ ਟਾਈਮ ਮੈਂ ਤੇ ਮਾੜਾ ਸਮਝੀ ਤੂੰ ਮੇਰੀ ਹੈਲਪ ਕੀਤੀ ਬੰਦਾ ਮੈਸੇਜ ਹੀ ਕਰਦਾ ਟੁੱਟੇ ਮੂੰਹ ਨਾਲ ਧੰਨਵਾਦ ਟੱਟੂ ਕਰਨਾ ਧੰਨਵਾਦ ਤਾਂ ਇਹਨਾਂ ਲੋਕਾਂ ਦਾ ਹੀ ਕਰਦੇ ਜਣ ਠੀਕ ਨੇ ਭਾਈ ਜਿੰਨੇ ਤੁਹਾਡੇ ਬਣਦੀ ਮੈਂ ਤੁਹਾਨੂੰ ਵਾਪਸ ਪਾਉਣ ਲੱਗਾ ਚੱਲ ਯਾਰ ਉਹ ਵੀ ਚੱਲ ਠੀਕ ਅਲੱਗ ਆ ਧੰਨਵਾਦ ਇਹਨਾਂ ਦਾ ਨਹੀਂ ਕਰ ਸਕਦੇ ਆਪਦੇ ਟੁੱਟੇ ਜੇ ਮੂੰਹ ਨਾਲ ਜਿੰਨਾ ਖਾਤਰੇ ਗੱਡੀਆਂ ਲੈ ਗੱਲ ਇਹੀ ਕਹਿੰਦੇ ਆ ਸਬਸਕ੍ਰਾਈਬਰਾਂ ਦੀ ਜਿਹੜੇ ਚੀਜ਼ਾਂ ਬਣਾ ਲੈਂਦੇ ਹੋ ਐ ਕਿਉਂ ਨਹੀਂ ਕਹਿੰਦੇ ਕਿ ਤੁਹਾਡੇ ਕਰਕੇ ਆ ਤੇ ਜਦੋਂ ਵਿਪਤਾ ਪੈਂਦੀ ਆ ਉਦੋਂ ਗਾਇਸ ਤੁਸੀਂ ਸਾਡੀ ਫੈਮਿਲੀ ਹੋ ਬਾ
ਕਾਲੇ ਵਾਂਗੂ ਉਹਦੇ ਜਿਹੜੀ ਪ੍ਰੈਗਨੈਂਸੀ ਵਾਲੀ ਗੱਲ ਚ ਨਹੀਂ ਦੱਸ ਦਿੰਦੇ ਆਪਾਂ ਇਹਨਾਂ ਨੂੰ ਇਹ ਆਪਣੀ ਫੈਮਿਲੀ ਆ ਇਹਦੋਂ ਫੈਮਿਲੀ ਲੈਂਦੀ ਆ ਕਦੇ ਕਹਿ ਦੂਗਾ ਭੈਣ ਦਾ ਯਾਰ ਕਿ 10-15 ਮਿੰਟ ਦੇ ਵਲੌਗ ਦੇ ਵਿੱਚ ਤੁਸੀਂ ਸਾਡੀ ਸਾਰੀ ਲਾਈਫ ਥੋੜੀ ਦੇਖ ਸਕਦੇ ਹੋ ਵੀ ਅਸੀਂ ਕੀ ਆ ਕਦੇ ਕਹਿ ਦੂਗਾ ਅਸੀਂ ਅਕਤਬੁੱਲਾ ਜੋ ਕਰਦੇ ਆ ਸਾਰਾ ਕੁਝ ਤੁਹਾਨੂੰ ਵਲੌਗ ਚ ਦਿਖਾ ਦਿੰਦੇ ਓਏ ਉਹ ਤਾਂ ਯਾਰ ਡਰਾਮਾ ਡੋਲ ਉਹ ਛੱਡੋ ਬੰਦੇ ਦੀ ਗੱਲਬਾਤ ਹੀ ਲੱਗਾ ਭੈਣ ਚੋ ਕੀ ਦਿਖਾ ਰਿਹਾ ਆਪਾਂ ਨੂੰ ਇਹ MP ਹੈ ਜਿਨ੍ਹਾਂ ਦੀ ਗੱਡੀ ਆ ਵੀ ਲੋਕ ਸਭਾ ਦੀ ਤੇ ਇਹ ਚੀਜ਼ ਦਾ ਆਪਾਂ ਨੂੰ ਫਾਇਦਾ ਹੋ ਗਿਆ ਇਹ ਆਪਾਂ ਕਿਸੇ ਦੇ ਘਰੋਂ ਲਈ ਜਾ ਕੇ ਲੋਕ ਸਭਾ ਦੇ MP ਨੂੰ ਹਿਸਾਬ ਲੜ ਕੇ ਆਪੇ ਇਸ ਚੀਜ਼ ਦਾ ਕੀ ਫਾਇਦਾ ਹੋ ਗਿਆ ਭੈਣ ਚੋ ਦਾ MP ਹੈ ਜਿਹਦੀ ਗੱਡੀ ਤੋਂ ਗੱਡੀ ਲਈ ਆ ਲੋਕ ਸਭਾ ਦੇ MP ਨੇ ਕੀ ਉਹ ਤੇਰੀ ਗੱਡੀ ਤੇ ਸਟicker ਲੱਗਿਆ ਰਹੂਗਾ ਜਾਂ MP ਦਾ ਕੁਰਸੀ ਦਿੰਦੇ ਦੀ ਉਹ ਤੂੰ ਲਾ ਨਹੀਂ ਸਕਦਾ ਠੀਕ ਆ ਉਹ ਤਾਂ ਲਾ ਦੇਣਾ ਅਗਲੇ ਨੇ ਮਿੰਟ ਦੇ ਵਿੱਚ ਜਾਂ ਤੈਨੂੰ ਪੋਜੀਸ਼ਨ ਮਿਲ ਗਈ ਉਹ ਵਾਲੀ ਘਰੇ ਬੈਠੇ ਨੂੰ ਤੂੰ ਵੀ MP ਬਣ ਗਿਆ ਇਹ ਹਿਸਾਬ ਜਿਹੜਾ ਚੱਲ ਜੇ ਐਡੋ ਲਿਖੇ ਲਾ ਤੱਫੇ ਕਰਾਏਗਾ ਤੈਨੂੰ ਬਤਾ ਚੰਡਾ ਪੈਣਗੀਆ ਰੀਜ ਨਾ ਪੁੱਟੂ ਅਗਲਾ ਰੀਜ ਨਾਲ ਮੀਂਹ ਪੈਂਦਾ ਨਾ ਚਵਿਗੜਿਆ ਵਾਲਾ ਤਾਰ ਤਾਰ ਹੀ ਵੱਜਣੀ ਆ ਨਾਲੇ ਤੇਰਾ ਸਟicker ਤੇਰੀ ਗੱਲ ਤੇ ਦੇਣੀ ਆ ਲੈ ਫਿਰ ਚਾਹੇ ਸਾਬਰਕੋਟੀ ਦੇ ਗਾਣੇ ਸੁਣੀ ਚਾਹੇ ਕਲੀਅਰ ਕੱਟ ਦੇ ਅਗਲਿਆਂ ਨੇ ਨੇਰੀ ਬੰਨਣੀ ਆ ਪੂਰੀ ਤੇਰੀ ਦੀਦਾ ਉਹਦਾ ਉਹਦਾ ਹੀ ਰਹਿਣਾ ਰਣਜੀਤ ਮਣੀ ਦੇ ਗਾਣੇ ਸੁਣੇਗਾ ਫਿਰ ਤੂੰ ਟਾਇਰ ਟੂਰ ਵੇਖੋ ਓਕੇ ਨੇ ਆਹੋ ਟਾਇਰ ਬਿਲਕੁਲ ਆਹੋ ਗੱਡੀ ਪਸੰਦ ਇਹਦੇ ਬਲੋ ਬਲੋ ਦੇ ਚੱਕਰਾਂ ਇਹਦਾ ਲੋਹ ਹੀ ਕੀਤਾ ਪਿਆ ਸੀ ਕੰਮ ਇਹਦਾ ਇੰਜਣ ਬਿਠਾਇਆ ਪਿਆ ਸੀ ਚੱਲਦੀ ਆ ਉਹ ਚੀਜ਼ਾਂ ਫਿਰ ਪ੍ਰੈਕਟਿਸ ਆ ਨਾ ਇੱਕ ਹੱਥ ਤੇ ਦੋ ਦੋ ਫੜ ਕੇ ਚਲਾਉਂਦਾ ਇਹ ਗੰਨਾ ਇਹ ਮਕੈਨਿਕ ਕੋਲੋਂ ਵੀ ਚੈੱਕ ਵਾਲੀ ਆ ਵੀ ਟਾਇਰ ਦੇਖੋ ਆ ਵੀ ਟਾਇਰ ਹੁਣ ਇੰਟੀਰੀਅਲ ਜਿਹੜਾ ਉਹ ਠੀਕ ਠਾਕ ਹੈ ਐਵੇਂ ਤੁਹਾਨੂੰ ਮੈਂ ਇੰਟੀਰੀਅਲ ਠੀਕ ਠਾਕ ਜਿਹਾ ਆ ਦੇਖੋ ਤੇ ਇੰਟੀਰੀਅਲ ਦੇਖਿਓ ਹੁਣ ਇੰਟੀਰੀਅਲ ਐਵੇਂ ਦਾ ਆ ਇੰਟੀਰੀਅਲ ਚਾਰੇ ਟਾਇਰ ਦਿਖਾ ਤੇ ਇੰਟੀਰੀਅਲ ਇੰਟੀਰੀਅਲ ਠੀਕ ਠਾਕ ਆ ਇੰਟੀਰੀਅਲ ਮੈਂ ਤੁਹਾਨੂੰ ਦਿਖਾਣਾ ਇੰਟੀਰੀਅਲ ਕਹਿੰਦੇ ਆ ਇੰਟੀਰੀਅਲ ਆ ਦੇਖ ਲਓ ਇੰਟੀਰੀਅਲ ਪਹਿਲਾਂ ਚਾਰ ਵਾਰ ਬੋਲਿਆ ਇੰਟੀਰੀਅਲ ਪਹਿਲਾਂ ਬੋਲਣਾ ਸਿੱਖ ਲਾ ਇੰਟੀਰੀਅਲ ਦੂਜੀ ਚੀਜ਼ ਸਾਲਿਆ ਤੂੰ ਫੇਰ ਉਹੀ ਗੱਲ ਡੋਨੇਸ਼ਨਾਂ ਤੋਂ ਚੱਲਦਾ ਆ ਤੇਰਾ ਚੈਨਲ ਹੀ ਡੋਨੇਸ਼ਨ ਤੋਂ ਚੱਲਿਆ ਤੂੰ ਆਪਦਾ ਨਾਮ ਬਦਲ ਦੇ ਚੈਨਲ ਤੋਂ ਡੋਨੇਸ਼ਨ ਚੈਨਲ ਰੱਖ ਲਾ ਉਹ ਬੰਦ ਮਟਾੜੂਗਾ ਡੋਨੇਸ਼ਨ ਮਟਾੜੂ ਡੀਡੀ ਡੀਐਮ ਡੀਐਮ ਡੀਡੀ ਸੋ ਆ ਕੇ ਦੱਸ ਜੇ ਯੂਟਿਊਬ ਨਾ ਆਉਂਦੀ ਦੇ ਯਾਰਾ ਓਏ ਫੇਰ ਭੈਣ ਜੋ ਤੇਲ ਬੱਲੀ ਇਹਦਾ ਤਾਂ ਕੰਮ ਸੈੱਟ ਸੀਗਾ ਗੱਡੀ ਤੋਂ ਲੈ ਲੈਣੀ ਸੀ ਗਾਹਕ ਉਹਨਾਂ ਦਾ ਚਾਹੇਗਾ ਗਾਹਕ ਪੱਕੇ ਆ ਦੇ ਗਾਹਕ ਹੁਣ ਵੀ ਆਉਣਗੇ ਮੈਂ ਤਾਂ ਹੈਰਾਨ ਹੈ ਕਿ ਕੁੜੀਆਂ ਨੂੰ ਕਿਵੇਂ ਮੈਸੇਜ ਕਰੀ ਜਾਂਦਾ ਹੋਣਾ ਜਿਨ੍ਹਾਂ ਨੂੰ ਕਹੀ ਜਾਂਦੀ ਆਪਣੀ ਫੋਟੋਆਂ ਸੈਂਡ ਕਰੋ ਪਿੱਛੇ ਜਿਹਾ ਆਪਾਂ ਰੋਸਟ ਕੀਤਾ ਕਿਹਦੇ ਤੇ ਐਕਸਪੋਜ਼ ਵਾਲਾ ਉਹ ਵਸਾਓ ਦਿੱਤਾ ਉਹ ਭਰਾਵਾ ਉਹ ਤਾਂ ਮੈਂ ਬੰਦਾ ਹੀ ਪਹਿਲੀ ਵਾਰ ਦੇਖਿਆ ਓਏ ਉਹ ਆਊਗਾ 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 ਜੀ ਵਧੀਆ ਵੇ ਬਣਾਈ ਹੋਈ ਹੈ ਨਾ ਊਠ ਵੀ ਹੈਗਾ ਓਏ ਉਹ ਕਿੰਨੀ ਵਧੀਆ ਬਣਾਈ ਹੋਈ ਆ ਓਏ ਊਠ ਵੀ ਹੈਗਾ ਓਏ ਊਠ ਭੈਣ ਚੋਦਾ ਚੜਾ ਲਾ ਦਿੱਤੇ ਊਠ ਉੱਚੀ ਅਜੀ ਜਾ ਬੜੀ ਪਸੰਦ ਆ ਤੈਨੂੰ ਇਹ ਉੱਤੇ ਹੀ ਰੱਖਿਆ ਨੇ ਵਾਕਈ ਸਾਲਾ ਤੈਨੂੰ ਖਾਵਾ ਜੀ ਰੱਖਿਆ ਅਗਲੇ ਨੇ ਆ ਦੇਖਾ ਚੀਜ਼ ਆ ਇਹ ਤੋਂ ਗੋਲ ਆ ਸਹੀ ਆ ਇੱਥੇ ਆ ਗਿਆ ਮਸ਼ਰੂਮ ਇਹ ਮਸ਼ਰੂਮ ਤੇ ਹੀ ਰਿਹਾ ਅਗਲੇ ਨੇ ਨਾ ਮਸ਼ਰੂਮ ਤਾਂ ਜਾਣ ਦਿੱਤੀ ਨਾ ਬਾਹਰ ਗੱਡੀ ਮਸ਼ਰੂਮ ਤੇ ਬਿਠਾ ਗਈ ਗੇੜੇ ਦਿੱਤੇ ਇਹਨੂੰ ਦੇ ਦੋਨੋਂ ਫੜ ਕੇ ਚੱਲ ਮੇਰੇ ਭਾਈ ਚੁੱਕੜੀ ਪੂਰੀ ਚੜਾਈ ਤੇ ਅਗਲੇ ਨੇ ਕਮਾਈ ਮਸ਼ਰੂਮ ਜਦੋਂ ਅਗਲੇ ਨੇ ਗੇੜਾ ਕੱਢਣ ਆਏ ਮਸ਼ਰੂਮ ਤੇ ਚੱਕ ਕੇ ਲੈ ਜਾਂਦੇ ਇਹਨੂੰ ਹੁਣ ਬਾੜਾ ਡੀਪਲੀ ਨਾ ਜਾਏ ਮਸ਼ਰੂਮ ਲੈ ਜਾਣ ਸਮਝ ਗਏ ਆ ਤੇ ਬਾਕੀ ਪੁੱਛਿਓ ਨਾ ਕਮੈਂਟ ਹੈ ਠੀਕ ਆ ਮਸ਼ਰੂਮ ਮਸ਼ਰੂਮ ਕੀ ਹੁੰਦੀ ਹੈ ਇਹਨੂੰ ਭਾਵੇਂ ਪੁੱਛ ਲਿਓ ਜੇ ਜਿਹੜੇ ਲੈ ਜਾਣ ਸਮਝ ਗਏ ਉਹ ਕਮੈਂਟ ਹੈ ਦੱਸ ਦਿਓ ਹਾਂ ਸਮਝ ਗਏ ਨਾ ਮਸ਼ਰੂਮ ਕੀ ਹੁੰਦੀ ਆ ਬਸ ਡੰਦ ਕਹਿਣਾ ਲੋਕੀ ਜਿਹੜੇ ਨਾ ਸ਼ਰੀਕ ਸ਼ਰੀਕ ਕਹਤਾ ਮੇਰੇ ਪਿਓਤੋਂ ਦੇ ਅਬੇ ਜਲਦੀ ਬੋਲ ਕੱਲ ਸਵੇਰ ਪਨਵੇਲ ਨਿਕਲਣਾ ਹੈ ਰਿਸ਼ਤੇਦਾਰ ਆ ਤਾਂ ਭੈਣ ਚੋ ਮੈਂ ਚੀਜ਼ ਹੀ ਪਹਿਲੀ ਆ ਦੇਖਿਆ ਵਾਕਿਆ ਹੀ ਸੱਚੀ ਯਾਰ ਮੈਂ ਬੰਦਾ ਹੀ ਪਹਿਲੀ ਆ ਦੇਖਿਆ ਬੜੇ ਲੋਕੀ ਗੱਲ ਕਰਦੇ ਨੇ ਚੈਨਲ ਵਾਲੇ ਹੋਰ ਕੇ ਗੋਪੀ ਗੋਪੀ ਏਦਾਂ ਦੀਪ ਰਾਡੂ ਆੜੀ ਆ ਜੇ ਉਹ ਯਾਰ ਮੈਂ ਬੰਦਾ ਹੀ ਪਹਿਲੀ ਲੋਕੀ ਗੱਲਾਂ ਕਰਦੇ ਨਾ ਛਲੀਕ ਓਲੀ ਛਲੀਕ ਨਹੀਂ ਮੇਰੇ ਡੈਡੀ ਦੇ ਰਿਸ਼ਤੇ ਮੇਰੇ ਡੈਡੀ ਦੇ ਰਿਸ਼ਤੇ ਆਰ ਹੋਕਾ ਜਾ ਵਰਦਾ ਦੇਖ ਆਰ ਬੜਾ ਖਤਰਨਾਕ ਇਹਦਾ ਇਹਦੇ ਵਿੱਚੋਂ ਜਿਵੇਂ ਨਾ ਜਿਵੇਂ ਆ ਸਿਗਨਲ ਜਾ ਰਿਹਾ ਸਿਗਨਲ ਵਿੱਚੋਂ ਸ਼ਾਟ ਮਾਰਦਾ ਇਹਦੇ ਜਿੱਥੋਂ ਇਹਦੀ ਗੱਲ ਟੁੱਟ ਜਾਂਦੀ ਆ ਦੁਬਾਰਾ ਸਿਗਨਲ ਫੜਦਾ ਏ ਗਲੇ ਜਿਹੜੀ ਘੱਟ ਲਮਕਦੀ ਉਹ ਖੜਕਿਆਂ ਦੀ ਉੱਪਰ ਲੱਗ ਜਾਂਦੀ ਹੈ ਕਿਹਦੇ ਸਿਗਨਲ ਟੁੱਟ ਜਾਂਦੇ ਆ ਤਾਰਾਂ ਰੇਂਜ ਘੱਟ ਆਉਂਦੀ ਹੈ ਇਹਦੀ ਰਿਸ਼ਤੇਦਾਰ ਅਰੇ ਕਹਿਣਾ ਕਿਆ ਚਾਹਤੇ ਹੋ ਵੱਡਣ ਵਾਲੇ ਹੋਏ ਹੈਗੇ ਉਹ ਦੋ ਤਿੰਨ ਪਲੰਡੂ ਲੋ ਹੈਗੇ ਨਾ ਸ਼ਰੀਕ ਲੋ ਵੱਡੇ ਨਾਲੇ ਹੋਇਆ ਆ ਜਿੰਨੇ ਟਾਈਮ ਤੂੰ ਵੱਡੇ ਨਾਲੇ ਗੱਲ ਕੀਤੀ ਨਾ ਇੰਨੇ ਟਾਈਮ ਨੂੰ ਤੇਰੇ ਮਾਰ ਕੇ ਜੰਡਾ ਘਰੇ ਰੋਟੀ ਆ ਗਈ ਉਹ ਆਣਾ ਇਹਨਾਂ ਨੂੰ ਕਹਿਣਾ
दोस्त बलॉग पाया बना बनाना छे ना खुश हो नाम नी लेना भी भरावा सानू तां पिछे पाया गया भरावा सारे पता लग गया मैं ना नी लेना इन्हें ना नी लेना संद का इन पिछे पाया गया तू इन ही पिछे पा लिया दिखी भैन चो वाला पिछे पाया नी मतलब यार हूं नी भाई करा लो कम पाजी राम करा लो अगला पिछे नी पै जाता जिम्मे स्कूटर पै जाता हूं पाजी करा लो यार भाई ओदा पिछे पै गया पर ना नी लेना ओ लग गया पता इन पिछे क्यों पाया लोगों को पता लग गया भाई कौन हूं अगले का ब्याह हो गया छड यार तू हजे भी ओदे नाल भैन चो अपनी कुंडिया बसा लहर पै रही है पूरी इथे गए खान पीन गए साले ने ना एडा मनूस एडा फुदू एडा कंजूस बंदा है इतो पता लगता वा एक पहला होली आले व्लॉग च भी दसिया 10-15 रुपए रंग लैके पूरी लीक हो गई यार भैन चोर थोड़ा ला खराब हो गया रंग इतने हजे नाल दा बंदा ओदा दिल होना इथे भी भैन चो जहाज च रोटी खाने दीप मठाड़ू नाल ला दूगा पैसे आ गया पहला जा रहा है तो वधिया वा है ना सोहना माउंट भी आउंट भाजी देखने नहीं सोहने होंगे अंदर नहीं वधिया होंगे भैन चोत दे नाल ही बाहर आ गई आ देखी एडा कुछ खास नहीं है जहाज बस सोहने लगे देख दो आ गए अदा पीता भाई कुछ नहीं है रोटी देख रहे कदर कदर रोटी खाने हैं बंदा एक और भी तेनु भी हाथ नहीं पाया अजे अच्छा जहाज ने गड्डी लेने गई ताए दा मुंडा ओ भैन ताया मुंडा दे ओ कहंदा के ओ अगला कहंदा कि चल इथे रोटी खा लांगे यार अगला हुन इन्नी इनकम आ रही है कबाड़ साहब दा कोई गल नहीं भाई अगला ना गड्डी लेके भैन ओ जाजू जो देख के आ गए सिस्टम एडा वधिया नहीं सी रोटी वाला भैन खुदी दा अगला तेरे लिए ओतो गड्डी चला के लेके आ रिया ते तू बिच बैठा आराम नाल ठीक है सौ रहा आ रहा अगले ने तेरा फायदा कराया तू भैन चो दा रोटी खवा देगा तेरी गांड पाड़ चली है गड्डी चला चला नहीं थक गए भाई उन्होंने तू गेर हिला हिला भाई दिखा दा बेचारे कमजोरी आ गई कमजोरी ढिला हो बैठा भाई नचोड़ता भाई सारा तू फुर्सत में निकल मैं कच्छे वाली गल क्यों की थी हुण तां लग गया पता कच्छे दा रेट सच रह गया ए रीजन सीगा गड्डी लेके आए वधिया चली गड्डी सब कुछ वधिया रहा ये वो फलाना टिंका उस तो बाद गड्डी मॉडल की गड्डी का मॉडल रेट रेट तुम मैं अगले ब्लॉग च दसूंगा अगले जा अगले थंबनेल च दस दूं तू तो भैन तू तो बाकी थंबनेल च दस देना सारा ब्लॉग तेरा है की है नाले कंटेंट बनाना बंदे ने कदे 20-25 मिनट या 30 मिनट का व्लॉग नहीं पाया अपने चैनल से पाए हुए गड्डी वाले चक्कर 10-12 मिनट के व्लॉग रख के 6 व्लॉग चाढ़ते लग लग कर ला मैं फिक्र ਮਾੜੀ ਮੋਟੀ ਉਹਨੂੰ ਰੋਟੀ ਪਾਣੀ ਵਿਚਾਰੇ ਨੂੰ ਖਵਾਈ ਹੋਣੀ ਉਹ ਪੂਰੇ ਕਰਨਾ ਪਿਆ ਫਟਾਫਟ छोटा हाथी देख लो
ਆਪਾਂ ਕਹਿੰਦੇ ਨਾ ਕੇਕ ਕੱਟਦੇ ਆ ਹੈਪੀ ਬਰਥਡੇ ਟੂ ਯੂ, ਉਹ ਦੇ ਲਾ ਛੋਟਾ ਓ ਹੈਪੀ ਬਰਥਡੇ, ਓ ਇਹ ਕਿਹੜਾ ਹੈਪੀ ਬਰਥਡੇ ਹੋ ਗਿਆ, ਓ ਨਵਾਂ ਥੀਮ ਸੌਂਗ ਆਇਆ ਓ ਹੈਪੀ ਬਰਥ ਓ ਟੂ ਯੂ। ਆ ਤੂੰ ਉਹਦੇ ਬੁੜੇ ਦੀ ਗੱਲ ਕਰਦਾ, ਤੇ ਸਾਲੀ ਨਹੀਂ ਮਾਣ ਵੱਡੀ, ਉਹ ਸੁਣੀ ਕੀ ਕਹੂ ਕਹੂਗੀ ਹੁਣ। ਮੈਂ ਰਾਈਡ ਲੈਣੀ ਮੰਮੀ ਮੇਰੀ ਸਾਈਡ ਦੀ, ਚਲੋ 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 ਯਾਰ, ਮੈਂ ਰਾਈਡ ਲੈਣੀ ਆ, ਰਾਈਡ ਮੈਂ ਰਾਈਡ ਲੈਣੀ ਆ। ਇੱਕ ਉਹਦੇ ਉਹਨੂੰ ਇਹਨੇ ਰੱਖਿਆ, ਇਹਨੇ ਭੈਣ ਦੇ ਯਾਰ ਇਹ ਬੜਾ ਹਰਾਮੀ ਆ, ਇਹਨੇ ਜਿਹੜੀ ਵੱਡੀ ਸਾਲੀ ਆ ਉਹ ਰੱਖੀ ਹੋਈ ਆ ਫਨੀ ਕੰਟੈਂਟ, ਜਿਹੜੀ ਛੋਟੀ ਸਾਲੀ ਆ ਉਹ ਠਰਕ ਪੋਰਨ ਕੇ ਮੰਡੀਰ ਆਵੇ, ਚੱਲ ਚੱਲ ਕੇ ਮੂੰਹ ਚ ਬੰਦੂਕ ਜਿਹੜੀ ਆ ਉਹ ਜੀਭ ਥਥਲਾਉਣ ਲੱਗ ਗਈ, ਸੁਣਿਓ ਕੀ ਕਹੂਗਾ, ਸੁਣਿਓ ਕੀ ਕਹੂਗਾ, ਸ਼ੀਟਾਂ ਆ ਹੁਣ ਕੀ ਕਹੂਗਾ ਸੁਣਿਓ। ਉਹ ਪਿੱਛੋਂ ਕੋਈ ਗੱਲ ਬੋਲੀ ਵੱਡੀ ਸਾਲੀ, ਹਾਂ ਬਿਲਕੁਲ 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 ਬਿਲਕੁਲ, ਮੇਰੇ ਤੋਂ ਨੀ ਬੋਲਿਆ ਜਾ ਰਿਹਾ, ਸੁਣਿਓ ਤੁਸੀਂ ਸੁਣਿਓ, ਇਹ ਕੋਈ ਸਪੀਡ ਫਾਸਟ ਫਾਰਵਰਡ ਨੀ ਕੀਤਾ ਜਾਂ ਕੁਛ ਨੀ ਕੀਤਾ, ਸੁਣਿਓ ਧਿਆਨ ਨਾਲ। ਛਿਲਿਆ ਪਿਆ ਪੂਰਾ, ਉਹ ਦੇਖ ਲਾ ਉਹ ਵੀ ਕੰਮ ਛੋਟੀ, ਹਾਂ ਦੇਖਿਓ ਹੁਣ ਕਨੈਕਸ਼ਨ ਚੈੱਕ ਕਰਿਓ, ਅਭੀ ਜਿਹੜੀ ਆ ਉਹ ਲੈ ਗਿਆ ਲੈ ਗਿਆ ਵੱਡੋ, ਉਹ ਚਾਬੀ ਜਿਹੜੀ ਉਹ ਲੈ ਗਿਆ ਨਾ, ਉਹ ਮੂੰਹ ਥੱਲੇ ਗਿਆ ਘਸਣ ਲੱਗ ਗਈ ਸਲਾ, ਆਪ ਵੀ ਉਹਦੇ ਅੰਦਰ ਇਹ ਕਲਿੱਪ ਦਾ ਕੋਈ ਮਤਲਬ ਬਣਦਾ ਸੀ ਜਾਂ ਕੁਝ। ਮੁਝੇ ਐਸੀ ਸਾਲੀ ਚਾਹੀਏ ਜੋ ਮੇਰੇ ਸਸੁਰਾਲ ਪਹੁੰਚਦੇ ਹੀ ਜੀਜਾ ਜੀ ਆ ਗਏ, ਜੀਜਾ ਜੀ ਆ ਗਏ, ਜੀਜਾ ਜੀ ਆ ਗਏ, ਜੀ ਆ ਗਏ, ਜੀਜਾ ਜੀ ਆ ਗਏ, ਕਹਿਤੀ ਕਹਿਤੀ ਪਾਂਚ ਛੇ ਘੰਟੇ ਤੱਕ ਮਾਰੇ ਆਗੇ ਪੀਛੇ। ਮੁਝੇ ਐਸੀ ਸਾਲੀ ਚਾਹੀਏ ਜੋ ਮੇਰੇ ਸਸੁਰਾਲ ਜਾਤੀ ਬੋਲੇ ਜੀਜਾ ਜੀ ਆ ਗਏ, ਸਕੂਟਰ ਆ ਗਿਆ, ਸਕੂਟਰ ਆ ਗਿਆ, ਟੱਪਣ ਲੱਗ ਗਿਆ ਵੇ, ਤੂੰ ਤਾਂ ਬਾਂਦਰ ਬਣ ਗਿਆ, ਦੇ ਲੈ ਚਾਬੀ ਵਾਲਾ, ਟੱਪਣ ਲੱਗ ਗਿਆ ਵੇ, ਚੋਰੀ ਛੁਰਾਇਆ ਬਹੁਤ ਤੇਜ਼ ਆ ਇਹ, ਜੀਜਾ ਜੀ ਆ ਗਏ, ਜੀਜਾ ਜੀ ਆ ਗਏ, ਸਾਲਿਆ ਤੂੰ ਅਜੇ ਉੱਤੇ ਬੈਠਾ ਨੀਗਾ, ਤੂੰ ਫੀਲਿੰਗ ਹੋਈ ਚੱਕੀ ਨਾ, ਇਹ ਘਰੇ ਗੱਬਣ ਕਰਨ ਨੂੰ ਫਿਰਦਾ ਵੇ ਅੰਦਰ, ਮੈਂ ਹੈਰਾਨ ਆ ਯਾਰ, ਨਾਲੇ ਇਹ ਸਕੂਟਰ, ਹਾਂ ਇਹ ਸਕੂਟਰ ਹੈ ਕਿਹੜਾ ਭੈਣ, ਤੂੰ 2 ਇੰਚ ਵਾਲਾ ਸਕੂਟਰ ਹੈ, ਉਹਨਾਂ ਨੂੰ ਨਾ ਪਤਾ, ਭੈਣ ਨੇ ਦੱਸਿਆ ਨਹੀਂ ਨਾ ਇਹ, ਮੈਨੂੰ ਲੱਗਦਾ ਇਹ ਸਕੂਟਰ ਕੁਛ ਵੀ ਨਹੀਂ ਹੈ, ਇਹ ਸਕੂਟਰ ਉਹ ਆ ਇਹ, ਕੁੜੀਆਂ ਸਟਾਰਟ ਹੋਣ ਵਾਲਾ, ਕੁੜੀਆਂ ਨਾਲ ਗੱਲਾਂ ਕਰਦਾ, ਉਹਨਾਂ ਤੋਂ ਟਿਪਸ ਲੈ ਲੈਂਦਾ ਕਿ ਮੁੰਡੇ ਕਿੱਦਾਂ ਫਸਾਉਣੇ ਆ। ਓ ਮਾਈ ਗੋਡ, ਕਮ ਔਨ ਬੇਬੀ, ਉਹ ਵਾਲਾ ਜਾਦੂ ਹੋ ਸਕਦਾ ਬਾਈ, ਉਹ ਵਾਲਾ ਜਾਦੂ ਟੀਸ਼ੇ ਚ ਕਿਵੇਂ ਕੱਢਣਾ। ਇੱਕ ਮੁੰਡੇ ਨੇ ਕਮੈਂਟ ਕੀਤਾ ਸੀ ਬਾਵੇ ਵਾਲੇ ਦੇ, ਇੱਕ ਭਰਾ ਨੇ ਕਮੈਂਟ ਕੀਤਾ ਸੀ ਬਾਵੇ ਵਾਲੇ ਦੇ ਰੋਸਟ ਤੇ, ਕਹਿੰਦਾ ਬਾਈ ਉਹ ਚੀਜ਼ਾਂ ਨੇ, ਉਹ ਬੰਦਾ ਵਾ ਜਿਹੜਾ ਸ਼ੀਸ਼ੇ ਦੇ ਕੇ ਕਹਿੰਦਾ ਉਹ ਆਪਣੀ ਹੋਈ ਆ, ਬਾਕੀ ਇਹ ਵੀ ਸਾਰਾ ਹੋਈ ਆ, ਉਹ ਤਾਂ ਭੈਣ ਦਾ ਹਾਈ ਉਤਲੀ ਲੈਵਲ ਦੀ ਚੀਜ਼ ਆ ਬਾਈ ਉਹ। ਮਗਰ ਕਿਉਂ ਮੈਨੇ ਤੇਰਾ ਕਿਆ ਵਿਗਾੜਾ ਥਾ, ਇਹਦਾ ਤਾਂ ਉਹ ਹਿਸਾਬ ਆ ਯਾਰ, ਜਿਵੇਂ 3 ਵੀਲਰ ਮੂਹਰੋਂ ਚੱਕ ਕੇ ਨੀ ਚਲਾਇਆ ਹੁੰਦਾ ਕਿਸੇ ਨੇ, ਪਾਰ ਪਾ ਕੇ ਕਰਕੇ ਉਹ ਵਾਲਾ ਸਿਸਟਮ ਆਏ ਭੈਣ ਚੋ। ਹੁਣ ਆਪਾਂ ਚੱਲੇ ਮੰਮੀ ਜੀ ਹੋਣਾ ਵੱਲ, ਹੁਣ ਆਪਾਂ ਚੱਲੇ ਸੀਗੇ ਮੰਮੀ ਜੀ ਹੋਣਾ ਵੱਲ, ਤੇ ਗੱਡੀ ਫਿਰ ਜਿਹੜੀ ਆ ਡਰਾਈ ਕਲੀਨ ਤੇ ਕਰਵਾਈ ਨੀ, ਨਾ ਹੀ ਹੋਈ ਆ, ਉਹ ਸਵੇਰੇ ਕਰਵਾ ਲਾਂਗੇ, ਹੁਣ ਵੱਡੀ ਦੀਦੀ ਤੇ ਨਾਲ ਸੰਦੀਪ ਸਰ ਜਾਣੇ ਚੱਲੇ ਦਿਖਣਾ ਨੀਗਾ, ਵਿਊ ਨੀ ਪੈਣੀ, ਕ੍ਰੋਸ ਚ ਬੈਠੀ, ਹੁਣ ਚੱਲੇ ਆ ਅਸੀਂ ਫਿਰ ਮੰਮੀ ਜੀ ਹੁਣਾਂ ਵੱਲ, ਗੱਡੀ ਜਿਹੜੇ ਬੰਦੇ ਨੂੰ ਸੀਟਾਂ ਨੀ ਕਹਿਣੀਆਂ ਹੁੰਦੀਆਂ, ਇੰਟੀਰੀਅਰ ਨੀ ਕਹਿਣਾ ਹੁੰਦਾ, ਉਹ ਕਹਿ ਰਿਹਾ ਵਾ ਗੱਡੀ ਡਰਾਈ ਕਲੀਨ ਕਰਵਾਈ ਨੀ ਆ, ਫਿਰ ਮੈਂ ਕਿਹਾ ਉਹ ਕੱਲ ਕਰਵਾ ਲੈਂਦੇ ਆ, ਟੋਨ ਚੇਂਜ ਜੋੜ ਤੇ ਉਹ ਵੀ ਉਧਰੋਂ ਵੀ ਸਿਗਨਲ ਮਿਲਦੇ ਪਏ ਆ ਪੂਰੇ ਅੱਖਾਂ ਨਾਲ, ਅੱਖਾਂ ਟਾਵਰ ਮੰਮੀ ਜੀ ਹੁਣਾਂ ਵੱਲ। ਇੱਥੇ ਇੱਕ ਗੱਲ ਫੜ, ਤੁਸੀਂ ਵੀ ਫੜੀ ਹੋਊਗੀ, ਧਿਆਨ ਨਾਲ ਸੁਣਿਓ, ਨਹੀਂ ਫੜੀ ਥੋੜਾ ਪਿੱਛੇ ਜਾਇਓ, ਦੇਖਿਓ ਤੇ ਫੜਿਓ, ਕਹਿੰਦਾ ਅਸੀਂ ਚੱਲੇ ਆ ਵੱਡੀ ਦੀਦੀ ਨੇ ਸੰਦੀਪ ਹੁਣੀ, ਉਹਨੂੰ ਦੀਦੀ ਕਿਹਾ ਹੀ ਨੀ, ਛੋਟੀ ਸਾਲੀ ਨੂੰ ਉਹਦਾ ਜ਼ਿਕਰ ਹੀ ਨੀ, ਤੇ ਉੱਤੋਂ ਸੰਦੀਪ ਨੂੰ ਕਹਿ ਰਿਹਾ ਤੂੰ ਬਾਹਰ ਹੀ ਰਹਿ, ਬਾਬਾ ਇਹ ਭੈਣ ਤੂੰ ਕੱਚੀ ਮੱਛੀ ਫਸਾਉਣ ਫਿਰਦਾ ਹੈ, ਇਹ ਸਿਸਟਮ ਆ ਯਾਰ, ਇਹ ਬੰਦਾ ਬਹੁਤ ਤੇਜ਼ ਆ, ਕੁੱਤੇ ਦਾ ਹੱਡ ਆ ਇਹ, ਸੀਰੀਅਸਲੀ ਕੱਚ ਵੜਦਾ ਹੈ ਨੀ ਬਾਬਾ, ਦੇਖ ਲੈ ਸਿਸਟਮ, ਡੋਂਕੀ ਲੱਗਣ ਲੱਗੀ ਹੈ, ਆ ਜੇ ਉਹ ਆਵੇ, ਮੈਂ ਕਹਿੰਦਾ ਕਿੰਨੀ ਸਬਜ਼ੀ ਲੱਗੀ ਯਾਰ ਆਵੇ ਤੁਹਾਡੇ ਲਾਗੇ ਇੱਧਰ, ਸਬਜ਼ੀ ਤੁਸੀਂ ਦੇਖੀ ਘਰ ਦੇ ਲਾਗੇ ਕਿੰਨੀ ਲੱਗੀ, ਇਧਰ ਆ ਗਿਆ ਉਂਗਲਾਂ ਲੈ ਲੈ ਤੰਗ ਹੁੰਦਾ,
जवाक चके वीडियो कोई पा दे ना देखो कनेडा मैक्सीको तो अमरीका की डोंकी बटाले की सात नंबर गली चो नौ नंबर गली की डोंकी भैन चो कि निकल के जाई आंदे मैं कहनी नहीं सी गल फॉर्चुनर लेके तू गड्डी दा सारा रोह मारता नहीं ओ गड्डी रोह हुंदा के बिच बैठा बंदा कोई नामी बंदा भैन तेरा लस्सी करती गड्डी दी जानवर शाफ्ट इत्थे मनता वा तू कहना जानवर शाफ्ट इत्थे जानवर शाफ्ट इत्थे मनता वा ओ इत्थे तां इन्नू बनना सी जानवर शाफ्ट इत्थे बनता वा संदीप जानवर शाफ्ट बद्दा आवे टेढ़ा जीव जंतु दा बख्श दो बुद्धि कर लो तो ओदी भी जगह नहीं छड़ा ਉਹ ਜਰ ਰਿਹਾ ਕਿ ਉਹਨੂੰ ਉੱਥੇ ਬੰਨਿਆ ਵਾ ਬੈਠਾ ਰਹਿਣ ਦੇ ਉੱਥੇ ਤਾਂ ਕਹਿੰਦਾ ਮੈਨੂੰ ਬੰਨਣਾ ਸੀ ਇਹਨੂੰ ਜਾਨਵਰ ਸ਼ਾਫਟ ਇੱਥੇ ਸ਼ਾਫਟ ਜਮਰਨ ਜਰਮਨ ਕੁੱਤੇ ਪੈ ਗਏ ਕੁੱਤੇ ਪੈ ਕੁੱਤੇ ਪੈ ਗਏ ਉਹ ਲੋ ਜੀ ਭਾਜੀ ਕੁੱਤੇ ਪੈ ਗਏ ਜੀ ਕੁੱਤੇ ਪੈ ਗਏ ਕੁੱਤੇ ਪੈ ਗਏ ਉਹਨੇ ਮੂੰਹ ਤੇ ਲੈ ਗਿਆ ਕੈਮਰਾ ਬਸ ਉਹਦੇ ਕੁੱਤੇ ਪੈ ਗਏ ਕੁੱਤੇ ਪੈ ਗਏ ਭਾਜੀ ਲੋ ਜੀ ਕੁੱਤੇ ਪੈ ਗਏ ਕੁੱਤੇ ਦਾ ਬਾਕੇ ਦਾ ਧਿਆਨ ਭੜਕਾ ਕੇ ਨਾ ਉਹਦੇ ਕੈਮਰਾ ਇਹ ਮਾਰਦਾ ਹੈ ਕੁੱਤੇ ਪੈ ਗਏ ਲੋ ਜੀ ਭਾਜੀ ਕੁੱਤੇ ਪੈ ਗਏ ਸੁੰਬਾ ਜਿਹਾ ਬੜਾ ਤੇਜ਼ ਆ ਇਹ ਕੁੱਤਾ ਆਪ ਆ ਉਹਦੇ ਪਿੱਛੇ ਪਿਆ ਹੋਇਆ ਤੇ ਜਿੱਦੇ ਲਾਇਆ ਦੰਦੀਆਂ ਦੁਨੀਆਂ ਸੰਦ ਭੜਾਂਗੇ ਵਿੱਚ ਹੀ ਆਉਣੇ ਸਾਰਾ ਕੁਝ ਆ ਜਿਹੜੇ ਤੇਰੇ ਲੱਛਣ ਨੇ ਨਾ ਤੂੰ ਜੋ ਕਰਦਾ ਫਿਰਦਾ ਇੱਥੇ ਆ ਮੂੰਹ ਤੇ ਕੈਮਰਾ ਲੈ ਕੇ ਜਾ ਰਿਹਾ ਉਹਦੇ ਵਾਲ ਦਿਖਾ ਰਿਹਾ ਸਭ ਕੁਝ ਦਿਖਾ ਰਿਹਾ ਸਭ ਨੂੰ ਪਤਾ ਲੱਗਦੀ ਵੀ ਤੂੰ ਸਮਝਦਾ ਸਿਆਣਾ ਹੀ ਬੜਾ ਉਹ ਟ੍ਰਿਕ ਆ ਦੇ ਕੀ ਬਿਠਾਊਗਾ ਹੁਣ ਉਹਦੇ ਚ ਦੇਖੀ ਉਹ ਬੈਟਰੀ ਚ ਬਾਈ 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 ਮਿੰਟ ਮਿੰਟ ਹੀ ਨਾਲ ਬਾਈ ਗਾੜੀ ਕਰ ਜਾਂ ਦੋ ਬੜਾ ਹੀ ਆ ਵੇਖੋ ਛਗੀ ਇਹਦੇ ਹੁਣ ਇਹ ਉਹ ਬਹਿ ਜਾ ਆ ਵੇਖੋ ਜੀ ਉਹ ਚੜਦੀ ਪਈ ਆ ਥੋੜਾ ਮੋਟਰਸਾਈਕਲ ਚੱਲਦੇ ਵਿੱਚ ਬਹਿ ਗਿਆ ਹਾਂ ਗੁੱਡੀ ਹੋ ਕੇ ਬੈੰਦੀ ਪਈ ਆ ਉਹਨੂੰ ਭੈਣ ਚੋਂ ਕੈਮਰਾ ਮਾਰਦਾ ਚੜਦੀ ਪਈ ਆ ਅਗਲੀ ਠੀਕ ਆ ਜੋ ਕਿਦਾਂ ਕੈਮਰਾ ਮਾਰ ਉਤੋਂ ਆ ਭੈਣ ਚੋਂ ਦਾ ਥੈਲਾ ਜਾਂ ਨਾਲ ਲਈ ਫਿਰਦਾ ਦਾ ਐਡੇ ਦੰਦ ਨੇ ਇਹਦੇ ਉਹ ਕ੍ਰੇਂਜ ਹੀ ਨਹੀਂ ਹੁੰਦੀ ਉਹ ਜਯੰਤਰਾ ਮੋਅੰਤਰਾ ਫਿਲਮ ਆ ਉਹ ਆਏ ਉਹ ਸਿਸਟਮ ਆ ਦੇਖਿਓ ਰਾਈਡਾ ਰਾਈਡਾ ਉਹ ਮੈਂ ਕਹਿੰਦਾ ਮੈਂ ਇਹ ਨਾ ਪਾਲ ਕੇ ਦੋ ਚਾਰ ਥੋੜੇ ਪੈਸੇ ਕਮਾਓ दो चार पालूंगा मैं एडी औकात रखदा जिहदे कोल ओह इक हैगी ओह दिन दे विच जिन्ना कमांदा विचारा ओहदे जो रेंट दे के बाकी जिन्ने ओहदे बचदे आ 200 दिहाड़ी रखदे आ 400 दिहाड़ी कुछ इदां इन्हां दा हुंदा वा बाकी मालकां नूं देनी हुंदी आ ठीक आ ओह घरे लै के आंदे भोजदा तूं ओहदे मूहरी बकवास करदा पिआ जे तेरे कोल इन्ने पैसे आ के तूं मोड़दे यार झट मतलब ਗੱਡੀ ਚੱਲਦੀ ਪਈ ਆ ਸਿੰਗਲ ਰੋਡ ਆ ਇੱਕ ਹੱਥ ਚ ਗੱਡੀ ਫੇਰ ਉਹੀ ਚੀਜ਼ ਆ ਗਈ ਕਿ ਭੈਣ ਚੋਦ ਇਹਨਾਂ ਨੂੰ ਅਕਲ ਹੀ ਐਨੀ ਦੇਖ ਲਓ ਕਿ ਡੈਡੀ ਤੱਕ ਨਹੀਂ ਕਹਿ ਰਿਹਾ ਮੈਨੂੰ ਨਹੀਂ ਪਤਾ ਸੀ ਕਦੇ ਕਿ ਇਹਦਾ ਡੈਡੀ ਵੀ ਇੱਦਾਂ ਜਾਂਦਾ ਹੋਊਗਾ ਮਤਲਬ ਜਦ ਇਹ ਵਲੌਗ ਬਣਾ ਦੋ ਅੱਜ ਤਾਂ ਉਹ ਬੈਠਾ ਨਾਲ ਮੂਹਰੇ ਜਵਾਕ ਫੜਿਆ ਹੋਇਆ ਰੱਬ ਨਾ ਕਰੇ ਜਵਾਕ ਹੀ ਰੀਜ਼ਨ ਹੀ ਆ ਗੱਡੀ ਜੇ ਫੈਮਿਲੀ ਵੱਡੇ ਬੈਠੇ ਫਿਰ ਤਾਂ ਚੱਲ ਇੱਕ ਅਲੱਗ ਚੀਜ਼ਾ ਬਣਾ ਲਓ ਯਾਰ ਉਹਦੇ ਚ ਅਸੀਂ ਪੈਂਦੇ ਨਹੀਂ ਆਪਾਂ ਚਾਹੀਦਾ ਆਪਾਂ ਕੀ ਕਰੀਦਾ ਜੇ ਸਟੋਰੀ ਵੀ ਬਣਾਉਣ ਲੱਗੇ ਕਰਦੇ ਗੱਡੀ ਚਲਾ ਲਾ ਗੱਡੀ ਚਲਾ ਲਾ ਹਾਂ ਧਿਆਨ ਨਹੀਂ ਆ ਤੇਰਾ ਇਹ ਉਹ ਕਿੰਨੀਆਂ ਚੀਜ਼ਾਂ ਯਾਰ ਤੂੰ ਸਿੰਗਲ ਰੋਡ ਤੇ ਆ ਪਿੰਡ ਆ ਕੋਈ ਜਵਾਕ ਆ ਜੇ ਕੋਈ ਕੁੱਤਾ ਬਿੱਲਾ ਆ ਜੇ ਠੀਕ ਆ ਗੱਡੀ ਦੇ ਅੱਗੇ ਤੈਨੂੰ ਭੈਣ ਚੋਂ ਨੂੰ ਅਗਲ ਹੀ ਨਹੀਂ ਤੇਰੇ ਜੁੱਤੀਆਂ ਪੈਣ ਵਾਲੀਆਂ ਨੇ ਨਲੀ ਚੋਚੜਾ ਜੇ ਆ ਟ੍ਰੋਲ ਕੰਟਰੋਲ ਤੂੰ ਜੀ ਬੰਦਾ ਯਾਰ ਥੋੜਾ ਗੰਦ ਉਹ ਛੜੀ ਦਾ ਤੂੰ ਦੁਨੀਆ ਜਹਾਨ ਦਾ ਗੰਦ ਜਿੱਦੇ ਕਹਦੇ ਲੱਗ ਗਿਆ ਤੈਨੂੰ ਅਗਲੇ ਦੇ ਤਾਰੇ ਜਾਣੇ ਦਿਖਾ ਉਹਨਾਂ ਮੈਂ ਜਾਗ ਰੱਖਦਾ ਬਸ ਯਾਰ ਪਿੱਛੇ ਵਾ ਜਲੂਸ ਕੱਢੂ ਨਾਲ ਦਾ ਕਿ ਤੂੰ ਤੁਹਾਨੂੰ ਅਗਲ ਨੇ ਮੂੰਹ ਚੱਕਾ ਜਿਵੇਂ ਵੀਡੀਓ ਆਈ ਸੀ ਨਾ ਇੱਕ ਉਹ ਜਾ ਚ ਆਹ ਬਣਦੀ ਵੀਡੀਓ ਖਰਾਬ ਆ ਜਾਂਦੀ ਉਹ ਚ ਟ੍ਰੇਨ ਸੀ ਉਹ ਤੇ ਜਾ ਸੀ ਟ੍ਰੇਨ ਮੈਟਰੋ ਟ੍ਰੇਨ ਸੀ ਹਾਂ ਮੈਟਰੋ ਕਿਸੇ ਸ਼ਹਿਰ ਦੀ ਮੈਟਰੋ ਖਲਾ ਮਤ ਥਾਵੇਂ ਤਾਂ ਬੁਲਾ ਜੂ ਜਦੋਂ ਪਾਈ ਤਰੇ ਚਾਪੜੇ ਬਸਾਲਾ ਹੋਇਆ ਬਲੌਗ 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 ਚਾਖੇ
ਤੇਰਾ ਮੈਂ ਬੈਗ ਲੈ ਚੱਲਿਆ ਮੈਂ ਭੈਣ ਤੂੰ ਤਾਂ ਬੈਗ ਬਣਾ ਚੱਲ ਬਣਾ ਵਲੋਗ ਬਣਾ ਉਹ ਵਾਲਾ ਸਿਸਟਮ ਹੋਣਾ ਤੇਰੇ ਨਾਲ ਦੇਖ ਯਾਰ ਤੁਸੀਂ ਆਪਦੀ ਸੇਫਟੀ ਜਾਂ ਤੁਸੀਂ ਨਹੀਂ ਰੱਖਣੀ ਨਾ ਰੱਖੋ ਜਵਾਗੜੀ ਦੀ ਤਾਂ ਕਰ ਲੋ ਭੈਣ ਚੋਦੋ ਅੱਗੇ ਕੋਈ ਕੁੱਤਾ ਵੀ ਲੱਗ ਕੇ ਆ ਗਿਆ ਸਾਰਿਆਂ ਤੂੰ ਗੱਡੀ ਤੇਰੇ ਕੋਲੋਂ ਵੱਡੀ ਆ ਹੁਣ ਪਹਿਲਾਂ ਜੇ ਗੱਡੀ ਵੱਡੀ ਛੋਟੀ ਛੱਡ ਇੱਕ ਪਾਸੇ ਠੀਕ ਆ ਵਰਨਾ ਦੀ ਗੱਲ ਜਾਂ ਫਾਰਚੂਨਰ ਦੀ ਗੱਲ ਛੱਡ ਇੱਕ ਪਾਸੇ ਜੇ ਕੋਈ ਅੱਗੇ ਆ ਗਿਆ ਠੀਕ ਆ ਤੇ ਡੋਲ ਕੀ ਗੱਡੀ ਸਾਂਭ ਲੇਗਾ ਆ ਤੇਰੇ ਭੈਣ ਤੂੰ ਤਾਂ ਇੰਨੇ ਇੰਨੇ ਤੇਰੇ ਗੁੱਟ ਨੇ ਚਲਾ ਚਲਾ ਤੂੰ ਸਾਰੀ ਆਪਦੀ ਐਨਰਜੀ ਕੱਢੀ ਪਈ ਆ ਤੇ ਤੂੰ ਗੱਡੀ ਕੰਟਰੋਲ ਕਰੇਗਾ ਕੀ ਕਰੇਗਾ ਹੈਂਡ ਬ੍ਰੇਕ ਵੀ ਤੂੰ ਐ ਚੱਕਦਾ ਹੋਏਗਾ ਵਾਲੇ ਟੱਟੀ ਨਿਕਲ ਗਈ ਟੱਟੀ ਨਿਕਲ ਗਈ ਜਾਂ ਰਾਤੀ ਜਿਹੜਾ ਗੁੱਲਾ ਚੱਲਿਆ ਉਹ ਸਾਈਜ਼ ਵੱਡਾ ਲੈ ਲਿਆ ਹੋਣਾ ਅਗਲੇ ਨੇ ਸਾਰਾ ਆਰ ਪਾਰ ਕਰਤਾ ਜੁੱਫੀ ਨਾਲ ਜ਼ੋਰ ਲੱਗੀ ਬ੍ਰੇਕਾਂ ਉਹ ਚੱਕ ਜਿਵੇਂ ਕਹਿੰਦੇ ਨਾ ਕਿ ਸਰਕਾਰੀ ਡਿਊਟੀ ਜੋ ਕੰਮ ਚੱਲਦਾ ਹੁੰਦਾ ਸਿੱਧਾ ਡਾਇਰੈਕਟ ਉਹ ਵਾਲਾ ਸਿਸਟਮ ਹੀ ਹੈ ਹੁਣ ਮੁਸ਼ਕ ਵੀ ਆਉਂਦੇ ਨੇ ਭੈਣਦੇ ਆ ਅੱਗੇ ਗੱਲਾਂ ਸੁਣੋ ਭਈ ਥੋੜਾ ਸਮੂਥ ਕਰਤਾ ਆ ਭਾਜੀ ਉਹਨਾਂ ਨੇ ਵਧੀਆ ਹੈ ਹੁਣ ਮੇਰੇ ਚੱਕੇ ਵਾਲਾ ਪਾਉਂਦਾ ਜੀ ਫੇਰ ਕਰ ਹੁਣ ਚੁੱਥੜ ਸਾਰਾ ਟੱਬਰ ਹੀ ਚੁੱਥੜ ਸਾਰਾ ਟੱਬਰ ਹੀ ਅਨਪੜ ਬੇਅਕਲ ਕਿਸੇ ਨੂੰ ਕੋਈ ਅਕਲ ਨਹੀਂ ਸਹੀ ਆ ਯਾਰ ਤਾਂ ਛੋਟੇ ਹਾਥੀ ਤੂੰ ਕੀ ਗੱਲ ਕਰੀਏ ਉਹਦੀ ਕੀ ਨਾ ਕਰੀਏ ਪਰ ਹਾਂ ਇੰਨਾ ਕੁ ਤਾਂ ਉਹਦੇ ਕੋਲੇ ਹੈ ਨਾ ਇੰਨੀ ਅਥਾਰਟੀ ਹੈ ਕਿ ਉਹਨੂੰ ਕਹਿ ਸਕਦੀ ਹੈ ਕਿ ਬੰਦ ਕਰ ਯਾਰ ਤੂੰ ਹਰ ਟਾਈਮ ਵਲੋਗਿੰਗ ਵਲੋਗਿੰਗ ਗੱਡੀ ਚਲਾ ਤੂੰ ਉਤਰ ਕੇ ਬਣਾ ਲਈ ਜਿਹੜਾ ਕਲਿੱਪ ਬਣਾਉਣਾ ਜਾਂ ਮੈਨੂੰ ਫੜਾ ਮੈਂ ਬਣਾ ਲੈਣੀ ਆ ਕਲਿੱਪ ਏਡਾ ਵਗ ਨੀ ਕਿਹੜਾ ਅੰਡਾ ਅੜਦਾ ਇਹਨਾਂ ਦੇ ਜਿਹੜਾ ਭੈਣ ਚੋਂ ਗੱਡੀ ਚ ਬਹਿ ਕੇ ਚੱਲਦੀ ਚ ਪੂਰਾ ਹੁਣ ਖੜ ਕੇ ਗੱਲ ਕਰਨੀ ਸਕਦਾ ਭੌਂਕ ਨੀ ਸਕਦਾ ਯਾਰ ਮੈਂ ਕਹਿੰਦਾ ਵਾ ਇਹ ਗੱਡੀ ਚਲਾ ਰਿਹਾ ਜੇ ਇਹਨੂੰ ਇਹ ਆ ਕਿ ਹਾਂ ਵੀ ਆਹ ਕਲਿੱਪ ਜ਼ਰੂਰੀ ਆ ਜਾਂ ਮੈਨੂੰ ਇਹ ਕਲਿੱਪ ਚਾਹੀਦੀ ਆ ਤਾਂ ਉਹਨੂੰ ਕਹਿ ਦੇਵੇ ਕਿ ਸੰਦੀਪ ਆਹ ਫੜ ਫੋਨ ਆ ਬਣਾ ਲਾ ਕਲਿੱਪ ਯਾਰ ਆਪਾਂ ਕਰ ਦਈਏ ਲਾਈਵ ਹੋਈਦਾ ਸੀ ਜੇ ਗੱਡੀ ਚਲਾਉਂਦਾ ਪਿਆ ਵਾ ਲਾਈਵ ਹੋ ਕੇ ਸਟਾਰਟ ਕਰਕੇ ਮੈਂ ਫੋਨ ਮੈਨੂੰ ਫੜਾ ਆਣਾ ਗੱਲ ਕਰਦਾ ਮੈਂ ਗੱਡੀ ਚਲਾਉਣਾ ਮੈਂ ਇਹਨੇ ਵਲੌਗ ਬਣਾ ਲੈਣਾ ਛੱਡ ਯਾਰ ਇਦਾਂ ਹੀ ਹੁੰਦਾ ਕੀ ਇਹ ਭੈਣ ਚੋਦ ਇਹਨਾਂ ਨੂੰ ਇੰਨੀ ਅਕਲ ਨਹੀਂ ਹੈਗੀ ਆਪਦੀ ਵੀ ਸੇਫਟੀ ਤੁਹਾਡੀ ਕੋਈ ਰੱਖਦੇ ਨਹੀਂ ਜਵਾਕ ਨੂੰ ਵੀ ਰਿਸਕ ਚ ਪਾਇਆ ਹੋਇਆ ਵਾ ਪਛਾਣਦੇ ਹੋ ਨਹੀਂ ਖਾਓ ਖਾਓ ਪਛਾਣ ਬਾਬਾ ਜੀ ਦਾ ਲਾ ਮਣੇ ਮੁੰਨੇ ਨੇ ਆਪੇ ਖੋਲਣਾ ਖਾਂਦੇ ਨਹੀਂ ਖਾਣਾ 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 ਸਭ ਕੁਛ ਇਹਨੂੰ ਵਧੀਆ ਦਿੱਤਾ ਕੁੜੀ ਇਕਦਮ ਠੀਕ ਸਿਹਤ ਪੱਖੋਂ ਲੋਕਾਂ ਨੂੰ ਹੁੰਦਾ ਕਿ ਚਾਹੇ ਮੁੰਡਾ ਹੋਵੇ ਕੁੜੀ ਹੋਵੇ ਬਿਲਕੁਲ ਤੰਦਰੁਸਤ ਹੋਵੇ ਬਿਲਕੁਲ ਤੰਦਰੁਸਤ ਆ ਠੀਕ ਆ ਇਹਨੂੰ ਲੰਬੀ ਉਮਰ ਮਿਲੇ ਸਭ ਕੁਛ ਵਧੀਆ ਚੀਜ਼ ਮਿਲੇ ਹਰ ਇੱਕ ਫਿਊਚਰ ਵਧੀਆ ਹੋਵੇ ਕੁੜੀ ਦਾ ਨਾ ਪਰ ਇਹ ਚੀਜ਼ਾਂ ਹਰਕਤਾਂ ਕਰਕੇ ਉਹਦੀਆਂ ਅੱਖਾਂ ਤੇ ਜੋ ਅਸਰ ਪਾ ਰਿਹਾ ਹੈ ਸੰਦ ਕੀ ਯਾਰ ਇਹਨੂੰ ਲਾਣਤਾਂ ਪਾਓ ਜਾ ਕੇ ਉਹਦੇ ਠੀਕ ਆ ਤੁਸੀਂ ਕਮੈਂਟਾਂ ਦੇ ਵਿੱਚ ਦੱਸੋ ਇਹ ਚੀਜ਼ ਗਲਤ ਹੈ ਸਹੀ ਹੈ ਜਾਂ ਸਾਡਾ ਅਸੀਂ ਵਿਊ ਖਾਤਰ ਜਾਂ ਆਪਦੇ ਆਪ ਨੂੰ ਬਾਹਲੇ ਸਿਆਣੇ ਕਹਾਉਣ ਦੇ ਗਲਤ ਹੁਣ ਜਿਹੜੇ ਬੰਦਿਆਂ ਦੀ ਫੈਮਿਲੀ ਹੈਗੀਆਂ ਜਿਹੜੀਆਂ ਭੈਣਾਂ ਦੀਆਂ ਫੈਮਿਲੀਆਂ ਹੈਗੀਆਂ ਨੇ ਵਿਆਹੇ ਹੋਏ ਆ ਕਮੈਂਟ ਕਰਦੇ ਆ ਠੀਕ ਆ ਮੈਰਿਡ ਨੇ ਦੇਖਦੇ ਆ ਰੋਜ਼ ਆਪਣੀਆਂ ਵੀਡੀਓਜ਼ ਦੇਖਦੇ ਆ ਤੁਸੀਂ ਦੱਸੋ ਇਹ ਚੀਜ਼ ਤੁਹਾਨੂੰ ਵੀ ਪਤਾ ਹੀ ਆ ਤੁਸੀਂ ਵੀ ਇਹ ਚੀਜ਼ ਕਰਦੀ ਹੋਵੋਗੇ ਤੁਹਾਨੂੰ ਵੀ ਡਾਕਟਰ ਨੇ ਇਹ ਚੀਜ਼ ਦੱਸੀ ਹੋਣੀ ਆ ਕਿ ਫੋਨ ਤੇ ਸ਼ੀਸ਼ੇ ਨੂੰ ਲਾਈਟ ਨੂੰ ਬੱਚਿਆਂ ਦੀ ਅੱਖਾਂ ਤੋਂ ਕਿੰਨੀ ਦੂਰ ਰੱਖਣਾ ਅੱਖਾਂ ਦੇ ਕੋਲ ਨਹੀਂ ਲੈ ਕੇ ਆਈਦਾ ਹਨਾ ਉਹ ਜਵਾਬ ਹੈ 2-4 ਮਹੀਨੇ ਸੈਂਸਿਟਿਵ ਅੱਖਾਂ ਕਿੰਨੀਆਂ ਨੇ ਉਹਦੇ ਫਲੈਸ਼ ਲਾਗੋ ਬਹੁਤ ਬੜਾ ਪੂਰਾ ਅੰਦਰ ਹੀ ਵੜ ਜਾਂਦਾ ਉਹਦੀ ਅੱਖਾਂ ਦੇ ਵਿੱਚ ਯਾਰ ਭੈਣ ਦੇ ਯਾਰ ਆਕਲ ਕਰ ਤੂੰ ਵਾਕਈ ਤੂੰ ਪਤਾ ਕੀ ਹੈ ਤੂੰ ਜਿਹੜਾ ਚਿੰਤਾ ਵਾ ਕੀ ਕਹੀ ਹੁਣ ਚਿੰਤਾ ਵਾ ਖੜਕਾਉਣ ਵਾਲਾ ਚਿੰਤਾ ਨਹੀਂ ਹੁੰਦਾ ਖੜਕਾਉਣ ਵਾਲਾ ਖੜਕਾ ਖੜਕਾ ਤੇਰੀਆਂ ਬਾਜਲਾਂ ਆਈਆਂ ਪਈਆਂ ਸਾਰੀਆਂ ਤੇਰੀ ਵੀਡੀਓ ਪੁੱਤੋਂ ਮਿਲ ਜੇ ਕਿਸੇ ਨੇ ਪਾਈ ਹੋਈ ਸੀ ਵੀਡੀਓ ਇਹਨਾਂ ਉਹਦੇ ਚ ਇਹਦਾ ਵੀ ਕੋਈ ਕਸੂਰ ਨਹੀਂ ਕਿ ਭੈਣ ਚੋ ਖੜਕਾ ਹੀ ਇਹਨਾਂ ਦਿੱਤਾ ਇਹਦੀਆਂ ਤਾਰਾਂ ਤੂਰਾ ਇਹਦੇ ਸਿਸਟਮ ਵੀ ਪੁੱਠੇ ਕਰ ਇਹਨਾਂ ਦੇ ਮਾਂ ਪਿਓ ਖਾਂਦੋਲੇ ਰੀਲਾਂ ਬਣਾਉਣ ਲੱਗੇ ਨੇ ਜਦੋਂ ਲੈ ਆਏ ਉਹ ਇਹਦੀ ਮੰਮੀ ਲੱਗੀ ਹੋਈ ਆ ਤੂੰ ਮੇਰਾ ਇੱਤਰ ਵੇ ਅੰਗ ਅੰਗ ਲਾਵਾਂਗੀ ਪਲੀਜ਼ ਸਟਾਪ ਇਟ ਇਹਦਾ ਬਾਪੂ ਅੰਗ ਲਾ ਕੇ ਪਿੰਡਾਂ ਮਹਿਕਾ ਦੇਗੀ ਇਹ ਭੈਣ ਦਾ ਯਾਰ ਇਹਦੇ ਰੀਲਾਂ ਹੀ ਕੁਛ ਹੋਰ ਹੁੰਦੀਆਂ ਆ ਕੱਪੜੇ ਕਿੱਥੋਂ ਲਏ ਇਹ ਬ੍ਰਾਂਡਡ ਨਹੀਂ ਲਏ ਤਾਂ ਮੈਂ ਲਏ ਆ ਫੈਸ਼ਨ ਹੱਬ ਵਾਲੇ ਇਹਦੇ ਡੈਡੀ ਦੀਆਂ ਵੀ ਗੱਲਾਂ ਬੜੀਆਂ ਪਤਾ ਲੱਗੀਆਂ ਉਹ ਵੀ ਗੱਲ ਕਰਦਾ ਉਹਨੂੰ ਉੱਚੀ ਤਮਾ ਹੀ ਆ ਕੀ ਇਹ ਨਹੀਂ ਕੀ ਲੋਟ ਆ ਫੋਨ ਤੇ ਲੱਗਾ ਸਟਾਰਟਿੰਗ ਜਦ ਤੋਂ ਹੀ ਕੀਤੀ ਨਾ ਮਾਸੂਮੀਅਤ ਦਿੰਦੀ ਸੀ ਇੱਕ ਕਿ ਨਹੀਂ ਯਾਰ ਵਧੀਆ ਲੱਗਦਾ ਸੀ ਖੁਸ਼ ਹੁੰਦੇ ਦੇਖ ਕੇ ਬਜ਼ੁਰਗ ਚੱਲ ਵੀਡੀਓ ਬਣਾਉਂਦੇ ਇੱਦਾਂ ਖੁਸ਼ ਕੋਈ ਮਜ਼ਾਕ ਲੈ ਕੇ ਕੁਛ ਵੀ ਯਾਰ ਹਾਂ ਇੱਕ ਹਰਕਤ ਸੀ ਮਤਲਬ ਇੱਕ ਕੰਟੈਂਟ ਬਣਾਉਂਦੇ ਸੀਗੇ ਇਹ ਚੀਜ਼ਾਂ ਸ਼ੁਰੂ ਕੀਤੀਆਂ ਉਹ ਬੰਦਿਆਂ ਨੇ ਜਿਹੜੇ ਉਹ ਪਿੰਡ ਦੇ ਵੀ ਦੋ ਭਰਾ ਨੇ ਉਹ ਉਹਨੇ ਮੰਮੀ ਜਿਹੜੀ ਕੁੱਟਦੀ ਰਹਿੰਦੀ ਉਹਨਾਂ ਨੂੰ ਮੋਟੇ ਜੇ ਦੋ ਭਰਾ ਇਹਦਾ ਪਿੱਛੇ ਜੇ ਵਿਆਹ ਹੋਇਆ ਇੱਕ ਭਰਾ ਦਾ ਗੁਰਸ਼ਰਨ ਉਹਨੇ ਬਹੁਤ ਸੋਹਣੀ ਉਹ ਯਾਰ ਕੰਟੈਂਟ ਬਣਾਉਂਦੇ ਆ ਮਤਲਬ ਕਿ ਕੋਈ ਉਂਗਲ ਨਹੀਂ ਚੱਕ ਸਕਦਾ ਵਾਕਈ ਭਾਈ ਵਾਕਈ ਜੇ ਬਈ ਆਹ ਚੀਜ਼ ਇਦਾਂ ਉਹ ਚੀਜ਼ ਜੋ ਐਕਚੁਅਲ ਦੇ ਵਿੱਚ ਪਿੰਡਾਂ ਦੇ ਵਿੱਚ ਘਰੇ ਆ
ਆਪਣੇ ਹੁੰਦੀ ਆ ਠੀਕ ਆ ਜੋ ਨੇਚਰ ਘਰਦਿਆਂ ਦਾ ਬਾਈ ਸਾਡੇ ਦਾ ਝੰਡਾ ਪੈਂਦੀਆਂ ਨੇ ਬਿਲਕੁਲ ਸਹੀ ਆ ਇਹ ਆਪਾਂ ਕਹਿ ਨਹੀਂ ਸਕਦੇ ਕਿ ਸਾਡੇ ਨਹੀਂ ਪੈਂਦੀਆਂ ਆ ਕੀ ਇੱਦਾਂ ਪੈਂਦੀਆਂ ਨੇ ਬਾਈ ਸਾਡੇ ਜੇ ਅਸੀਂ ਕੋਈ ਹਰਕਤ ਕਰਦੇ ਹਾਂ ਸਿੱਧੀ ਗੱਲ ਆ ਤੇ ਇਹਨਾਂ ਨੂੰ ਯਾਰ ਕਿ ਇਹ ਭੈਣ ਚੋਦ ਕੀ ਆ ਇਹਨਾਂ ਨੂੰ ਆਈ ਆ ਜੇ ਇਹਨਾਂ ਨੇ ਯੂਟਿਊਬ ਦੀ ਇਨਕਮ ਦੇ ਦਿੱਤੀ ਘਰਦਿਆਂ ਨੂੰ ਆ ਫੜਾ ਦੀ ਲਓ ਜੀ ਅੱਜ ਇੰਨੀ ਇਨਕਮ ਆਈ ਆ ਮੈਨੂੰ ਨਹੀਂ ਪੁੱਛਣਾ ਜਿਵੇਂ ਸੁਨੇਹਾ ਕਤਿਆਲ ਲੱਗੀ ਹੋਈ ਆ ਤੁਹਾਡੀ ਹਿੰਮਤ ਨਹੀਂ ਹੋਣੀ ਚਾਹੀਦੀ ਮੇਰੇ ਘਰ ਸਾਹਮਣੇ ਪੁੱਛਣ ਦੀ ਕੀ ਨਾਲ ਲੱਗੀ ਹੋਈ ਆ ਕਿੱਥੇ ਲੱਗੀ ਹੋਈ ਆ ਇਹੋ ਜਿਹੇ ਜਵਾਕ ਭੈਣ ਚੋਦ ਇਹੋ ਜਿਹੇ ਜਵਾਕ ਅੱਗੇ ਮੈਸੇਜ ਦੇ ਰਿਹਾ ਤੇ ਚਾਹੇ ਉਹਨੇ ਮਜ਼ਾਕ ਚ ਕਿਹਾ ਚਾਹੇ ਕਿਵੇਂ ਕਿਹਾ ਦੇਖਣ ਵਾਲੀ ਆਡੀਅੰਸ ਬੱਚਿਆਂ ਦੇ ਦਿਮਾਗ ਤੇ ਅਸਰ ਪੈਣਾ ਹੀ ਪੈਣਾ ਬਾਈ ਉਹਨਾਂ ਨੇ ਉਹ ਚੀਜ਼ ਐਕਸੈਪਟ ਕਰਨੀ ਹੀ ਕਰਨੀ ਉਹ ਤਾਂ ਆਪਣੇ ਘਰ ਲੈ ਸੁਨੇਹਾ ਦੀਦੀ ਏਦਾਂ ਬੋਲਦੀ ਮੰਮੀ ਤੂੰ ਵੀ ਨੀ ਮੈਨੂੰ ਬੋਲਣਾ ਮੈਂ ਵਲੌਗ ਦੇਖਣੇ ਆ ਮੈਂ ਦੇਖਣੇ ਆ ਮੈਂ ਨਹੀਂ ਸਟੱਡੀ ਕਰਨੀ ਮੈਨੂੰ ਨਾ ਪੁੱਛਿਆ ਕਰੋ ਮੈਂ ਆਪਣੀ ਮਰਜ਼ੀ ਨਾ ਕਰਨੀ ਇਹ ਮੈਸੇਜ ਦੇ ਰਿਹਾ ਹੁਣ ਜਿਹੜੇ ਕਹਿੰਦੇ ਨੇ ਇਹ ਗੱਲਾਂ ਦਾ ਇਫੈਕਟ ਨਹੀਂ ਪੈਂਦਾ ਫਿਰ ਸਾਡਾ ਫਿਰ ਘੁੰਮ ਫਿਰ ਕੇ ਉਹੀ ਜਵਾਬ ਆ ਜਾਂਦਾ ਜਦੋਂ ਗਾਣੇ ਆਉਂਦੇ ਨੇ ਜਦੋਂ ਕੁਝ ਆਉਂਦੇ ਫਿਰ ਤੁਸੀਂ ਕਹਿੰਦੇ ਹੋ ਜੀ ਨਹੀਂ ਇਹ ਚੀਜ਼ਾਂ ਨਾਲ ਫਰਕ ਪੈਂਦਾ ਯਾਰ ਜਦੋਂ ਕੋਈ ਤੁਹਾਡੇ ਪੱਖ ਦੀ ਗੱਲ ਆ ਗਈ ਕਿ ਨਹੀਂ ਆ ਚੀਜ਼ਾਂ ਨਾਲ ਗਲਤ ਹੋ ਰਿਹਾ ਗਾਣੇ ਦੀ ਆਪਾਂ ਇਹ ਚੀਜ਼ ਕਹਿੰਦੇ ਗਾਣੇ ਆ 3 ਮਿੰਟ ਦਾ 4 ਮਿੰਟ ਦਾ ਗਾਣਾ ਇੰਟਰਟੇਨਮੈਂਟ ਦਾ ਸੋਰਸ ਆ ਹਰ ਇੱਕ ਬੰਦਾ ਮੰਨਦਾ ਠੀਕ ਆ ਉਹ ਤਾਂ ਜਿਨ੍ਹਾਂ ਨੇ ਮੁੱਦਾ ਚੱਕਣਾ ਹੁੰਦਾ ਉਹ ਕਹਿ ਦਿੰਦੇ ਆ ਗਾਣਿਆਂ ਤੋਂ ਲੋਕੀ ਬਦਲਦੇ ਆ ਜੇ ਵੋ ਠੀਕ ਆ ਉਹ ਤਾਂ ਉਹਨਾਂ ਦੀ ਇਹਦੇ ਵਿੱਚ ਤਾਂ ਤੁਸੀਂ ਦਿਖਾਈ ਸਾਰਾ ਕੁਝ ਰਹੇ ਹੋ ਪੂਰੇ ਦਿਨ ਦੇ ਵਿੱਚ ਜੋ ਕਰਦੇ ਪਏ ਹੋ ਤੁਸੀਂ ਆਪਣੀ ਲਾਈਫ ਹੀ ਦਿਖਾ ਰਹੇ ਹੋ ਆਪਣਾ ਤੁਸੀਂ ਕਹਿੰਦੇ ਹੋ ਕਿ ਅਸੀਂ ਜਿੱਦਾਂ ਦੇ ਹੈਗੇ ਆ ਅਸੀਂ ਉਦਾਂ ਦੀ ਕੈਮਰੇ ਮੂਹਰੇ ਆਉਂਦੇ ਆ ਤਾਂ ਫਿਰ ਦੈਨ ਉਹਦੇ ਵਿੱਚ ਤੁਸੀਂ ਇਹ ਨਾ ਕਹੋ ਕਿ ਸਾਡੇ ਵਲੌਗਾਂ ਤੋਂ ਕੋਈ ਸਿੱਖ ਨਹੀਂ ਸਕਦਾ ਬਹੁਤ ਬਹੁਤ ਏਦਾਂ ਨੇ ਬਹੁਤ ਕੁੜੀਆਂ ਏਦਾਂ ਦੀਆਂ ਨੇ ਜਿਨ੍ਹਾਂ ਨੇ ਹਜੇ ਤੱਕ ਵੀ ਫੋਨ ਨਹੀਂ ਲਿਆ ਬਹੁਤ ਨੇ ਬਾਈ ਇਹ ਕੀ ਸਿਖਾ ਰਹੇ ਨੇ ਫੋਨ ਤੇ ਜਿੰਨਾ ਮਰਜ਼ੀ ਗੱਲ ਕਰਾਂ ਉਤੋਂ ਘਰਦੇ ਜੇ ਪੁੱਛਣ ਅੱਗੇ ਕੀ ਹੁੰਦਾ ਸੀ ਘਰਦੇ ਦਬਕਾ ਮਾਰਨਾ ਅਗਲੇ ਕੁੜੀਆਂ ਫਟਾਫਟ ਫੋਨ ਲੈ ਕੇ ਆਉਂਦੀਆਂ ਕਿਆ ਦੇਖੋ ਜੇ ਬਾਈ ਚਾਂਸ ਛੋਟਾ ਮੋਟਾ ਕੁਛ ਵੀ ਫੋਨ ਹੀ ਨੀ ਮੈਂ ਮਤਲਬ ਸਾਰਾ ਕੁਝ ਘਰਦੇ ਸਾਹਮਣੇ ਹੁੰਦਾ ਫੋਨ ਸਾਹਮਣੇ ਪਏ ਸਭ ਕੁਝ ਮੈਂ ਦੱਸਦਾ ਸਕੂਲ ਟਾਈਮ ਦੇ ਵਿੱਚ ਠੀਕ ਆ ਬਾਈ ਫੋਨ ਤੱਕ ਨਹੀਂ ਪਤਾ ਹੁੰਦਾ ਜੀ ਫੋਨ ਲਿਆ ਬਲੈਕ ਐਂਡ ਵਾਈਟ ਫੋਨ ਹੁੰਦਾ ਸੀ ਠੀਕ ਆ ਚਲੋ ਉਹ ਗੱਲਾਂ ਲੈਦਾ ਨੀ ਹੁਣ ਉਹ ਗੱਲਾਂ ਪੈਣਾ ਨੀ ਇਹ ਹੁਣ ਕੀ ਕਹਿੰਦੀਆਂ ਨੇ ਠੀਕ ਆ ਮੈਨੂੰ ਪੁੱਛਣਾ ਨੀ ਮੈਂ ਕਿਹ ਨਾਲ ਗੱਲ ਕਰਦੀ ਪਹਿਲਾਂ ਜਿਹੜੇ ਰੰਗ ਲਾ ਤੇ ਦਵਾਲੋ ਕਹੋ ਜੀ ਤੋਂ ਮਰਜ਼ੀ ਭੂਸੜਾ ਪੜਵਾਈ ਜਾ ਭਰਾਵਾ ਸਾਨੂੰ ਕੀ ਆ ਭੈਣ ਦੀ ਬੁੱਧੀ ਪਹਿਲਾਂ ਠੱਪੋ ਲਾਓ ਲਾਈ ਹੁਣ ਹੋਰ ਕਿਤੋਂ ਲਾ ਦਵਾਲੇ ਜੇ ਕਰਦੇ ਜਿਹੜੇ ਕਹਿੰਦੇ ਨੇ ਵਾਹ ਬਤਾ ਹਰਾਨ ਯਾਰ ਵਿਆਹ ਤੋਂ ਬਾਅਦ ਸਭ ਕੋ ਰਿਲੇਸ਼ਨ ਬਣ ਬੜੀ ਛੋਟੀ ਜੀ ਬਣਾ ਦੀ ਇਹਨਾਂ ਨੇ ਵਿਆਹ ਸਭ ਕੋਈ ਬਣਦੇ ਰਿਲੇਸ਼ਨ ਬੌਂਡਿੰਗ ਜੇ ਉਹ ਠੀਕ ਆ ਭੈਣ ਚੋਦੋ ਤਾਂ ਬਸ ਸ਼ਰਿਆਮ ਤੁਰੇ ਫਿਰਦੇ ਹੋ ਅਗਲੇ ਨਾਲ ਵੀਡੀਓ ਪਾਈ ਐ ਕਿੱਥੇ ਕਿੱਥੇ ਲੈ ਕੇ ਗਿਆ ਮੁੰਡਿਆਂ ਚ ਘੁੰਮੀ ਨਹੀਂ ਆ ਕੱਲੀ ਇੱਕ ਹੁੰਦੀ ਆ ਮੁੰਡੇ ਘੁੰਮੀ ਉਹ ਭੈਣ ਚ ਸ਼ੂਗਰ ਡੈਡੀ ਦਾ ਜਨਮ ਦਿਨ ਉਹਦੀ ਗਲੀ ਢੋਲ ਵੱਜਦਾ ਪਿਆ ਭੈਣ ਚ ਢੋਲ ਵਾਲੇ ਲੈ ਕੇ ਗਈ ਕੱਲੀ ਭੈਣ ਚ ਡੰਗਰ ਵਾਂਗੂ ਨੱਚਣ ਲੱਗੀ ਹੋਈ ਜਿਵੇਂ ਭੈਣ ਚੋ ਕੱਚੀ ਲੱਸੀ ਨਾਲ ਬੇੜਾ ਧੋਤਾ ਹੁੰਦਾ ਭੈਣ ਚੋ ਕੀ ਬੋਲੀ ਯਾਰ ਇਹਨੂੰ ਭੈਣ ਚੋ ਬਿਨਾ ਆਲੂ ਵਾਲਾ ਸਮੋਸਾ ਬਿਨਾ ਆਲੂ ਵਾਲਾ ਸਮੋਸਾ ਹਜੇ ਭੈਣ ਚੋ ਖੋਲਿਆ ਕੱਲਾ ਤੂੰ ਆਈ ਨਿਕਲ ਗੋਪੀ ਖਾਪੜ ਖੇੜੀ ਉਹਤੇ ਨਵਾਂ ਕੱਲਾ ਕੱਲਾ ਰੋਸਟ ਲੈ ਕੇ ਆਵਾਂਗੇ ਮਤਲਬ ਅਲੱਗ ਬਣਾ ਕੇ ਲੈ ਕੇ ਆਵਾਂਗੇ ਉਹਦੇ ਤੇ ਜਿਹੜੇ ਭੈਣ ਭਰਾਵਾਂ ਨੂੰ ਨਹੀਂ ਪਤਾ ਆਪਣਾ ਦੂਜਾ ਚੈਨਲ ਵੀ ਹੈਗਾ ਇੱਕ ਰਿਐਕਟ ਹੱਬ ਉੱਤੇ ਜੁੜੋ ਜਿਨ੍ਹਾਂ ਨੇ ਨਹੀਂ ਸਬਸਕ੍ਰਾਈਬ ਕੀਤਾ ਕਰਨਾ ਕਰ ਲਿਓ ਨਹੀਂ ਕਰਨਾ ਕੋਈ ਦਿੱਕਤ ਵਾਲੀ ਗੱਲ ਨਹੀਂ ਲੇਕਿਨ ਉੱਥੇ ਹੀ ਵੀਡੀਓ ਪਾਉਂਦੇ ਆ ਦੇਖ ਲਿਓ ਠੀਕ ਆ ਉੱਤੇ ਆਪਣਾ ਇੱਕ ਪਰਿਵਾਰ ਆ ਰਿਐਕਟ ਹੱਬ ਦਾ ਸਹੀ ਆ ਉਹਦੇ ਤੇ ਸਾਡੀ ਇੱਕ ਅਲੱਗ ਇਮੇਜ ਆ ਇਹਦੇ ਤੇ ਅਸੀਂ ਇੱਕ ਅਲੱਗ ਟਾਈਪ ਆ ਉੱਤੇ ਸਾਡਾ ਇੱਕ ਅਲੱਗ ਮੁਹਿੰਮ ਚੱਲਦੀ ਪਈ ਆ ਇੱਕ ਮਤਲਬ ਅਲੱਗ ਲੜਾਈ ਲੜ ਰਹੇ ਆ ਜਸਟਿਸ ਦੀ ਤੇ ਜਿਹੜੇ ਭੈਣ ਭਰਾ ਸਿੱਧੂ ਬਾਈ ਨੂੰ ਪਿਆਰ ਕਰਦੇ ਆ ਸਿੱਧੂ ਬਾਈ ਨੂੰ ਸੁਣਦੇ ਆ ਜਸਟਿਸ ਦੇ ਵਿੱਚ ਆਪਣਾ ਕੋਈ ਨਾ ਕੋਈ ਸਪੋਰਟ ਪਾਉਣਾ ਚਾਹੁੰਦੇ ਆ ਜਾਂ ਕਿਸੇ ਵੀ ਪੀਸਫੁਲੀ ਪ੍ਰੋਟੈਸਟ ਕਰਨਾ ਚਾਹੁੰਦੇ ਹੋ ਤਾਂ ਯਾਰ ਪਲੀਜ਼ ਹੱਥ ਜੋੜ ਕੇ ਬੇਨਤੀ ਆ ਉੱਥੇ ਆਓ ਤੇ ਚੰਗੇ ਵਲੌਗਰ ਦੇਖੋ ਮਿਸਟਰ ਐਂਡ ਮਿਸਿਸ ਦੇਵਗਨ ਟਰੈਵਲਰ ਵਲੌਗਰ ਕਪਲ ਆ ਉਹਨਾਂ ਵਰਗੇ ਹੋਰ ਬਹੁਤ ਵਧੀਆ ਵਲੌਗਰਸ ਨੇ ਉਹ ਦੇਖੋ ਯਾਰ ਠੀਕ ਆ ਇਹਨਾਂ ਨੂੰ ਛੱਡੋ ਜੋਖਾਂ ਨੂੰ ਇਹਨਾਂ ਨੂੰ ਲਾਣਤਾ ਪਾਇਆ ਕਰੋ ਸੁਧਾਰੋ ਇਹਨਾਂ ਨੂੰ ਤੇ ਬਾਕੀ ਮਿਲਦੇ ਆ ਅਗਲੀ ਵੀਡੀਓ ਚ ਅਡੀਓਸ ਅਮੀਗੋ।